Close your eyes and bolo aaj da vachan mera mere liye hoga eh mainu badluga bolo parmeshwar main taiyar haan tere vachan de layi aaj da vachan tuhanu badluga in jesus name we pray sunya ni halle vi ni sunya amen hallelujah kinne ne khosh aa ethe hi aa tusi you sure okay je tusi ethe hi aa fir tusi blessing leke jaoge yeshu masih naam de vich ਵਿੱਚ ਜੀ ਜਗ੍ਹਾ ਕਦੋਂ ਛੱਡੀ ਆ ਇੱਥੇ ਆਉਣਾ ਜਾਂ ਕਿਸੇ ਨੇ ਥੋੜ੍ਹਾ ਥੋੜ੍ਹਾ ਇੱਧਰ ਹੋ ਜਾਓ ਮੈਨੂੰ ਚਿਹਰੇ ਨਜ਼ਰ ਆਉਣੇ ਚਾਹੀਦੇ ਸਾਰੇ ਹਾਂਜੀ ਤੁਸੀਂ ਥੋੜ੍ਹਾ ਥੋੜ੍ਹਾ ਇੱਧਰ ਆ ਜਾਓ ਵਿੱਚ ਨੂੰ ਜਿਹੜੇ ਕੋਰਨਰ 'ਤੇ ਆ ਥੋੜ੍ਹਾ ਸੈਂਟਰ 'ਚ ਆ ਜਾਓ ਨੋ ਪ੍ਰੋਬਲਮ ਗਿਰੂ ਕੀ ਅੱਜ ਦਾ ਦਿਨ ਤੁਹਾਡਾ ਦਿਨ ਹੈ ਮੈਨੂੰ ਪਤਾ ਮੇਰਾ ਦਿਨ ਹੈ ਤੁਹਾਡਾ ਹੈ ਆਮੇਨ ਸਭ ਤੋਂ ਬੈਸਟ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਸਭ ਤੋਂ ਜ਼ਿਆਦਾ ਉਹ ਕੀ ਹੈ ਪਰਮੇਸ਼ਰ ਦੇ ਆਤਮਾ ਦੀ ਪ੍ਰੈਜੈਂਸ ਥਿੰਗਸ ਕਮ ਐਂਡ ਗੋ ਚੀਜ਼ਾਂ ਹੁੰਦੀਆਂ ਤੇ ਨਹੀਂ ਵੀ ਹੁੰਦੀਆਂ ਪਰ ਇੱਕ ਪਰਸਨ ਜੋ ਹੋਲੀ ਸਪਿਰਿਟ ਹੈ ਉਹ ਤੁਹਾਡੇ ਨਾਲ ਖੜਿਆ ਰਹਿੰਦਾ ਜਦ ਤੱਕ ਤੁਸੀਂ ਉਹਦੇ ਨਾਲ ਕੰਨ ਲਾ ਕੇ ਰੱਖਦੇ ਤੁਸੀਂ ਸ਼ਾਂਤ ਰਹਿੰਦੇ ਜੋਏ ਦੇ ਵਿੱਚ ਰਹਿੰਦੇ ਹਾਲੇਲੂਇਆ ਸਮਝ ਪਾ ਰਹੇ ਮੈਂ ਕੀ ਕਹਿ ਰਿਹਾ ਕਿਹਦੀ ਲੋੜ ਹੈ ਸਾਨੂੰ ਅੱਜ ਹੋਲੀ ਸਪਿਰਿਟ ਦੀ ਪ੍ਰੈਜੈਂਸ ਦੀ ਮੈਂ ਕਿਸੇ ਪਾਸਟਰ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਪਰਮੇਸ਼ਰ ਦੇ ਆਉਣ ਦੀ ਆਵਾਜ਼ ਆਉਂਦੀ ਆ ਜਾਣ ਦੀ ਆਵਾਜ਼ ਨਹੀਂ ਆਉਂਦੀ ਹਾਓ ਜਦੋਂ ਆਉਂਦਾ ਟੰਗਸ ਬਲੈਸਿੰਗਸ ਗ੍ਰੇਸ ਜੋਏ ਪੀਸ ਜਦੋਂ ਜਾਂਦਾ ਸਲੋਲੀ ਆਵਾਜ਼ ਨਹੀਂ ਆਉਂਦੀ ਇੱਕ ਦਿਨ ਆਮ ਜਸਟ ਸਿਟਿੰਗ ਓ ਸੋ ਮਚ ਅਨੋਇੰਟਿੰਗ ਉਹ ਕੱਲੀ ਅਨੋਇੰਟਿੰਗ ਹੀ ਹੈ ਸਮਝ ਪਾ ਰਹੇ ਕਿਹੜੀ ਚੀਜ਼ ਦੀ ਲੋੜ ਹੈ ਸਾਨੂੰ ਅੱਜ ਉਹਦੀ ਪ੍ਰੈਜੈਂਸ ਦੀ ਆਪਣੇ ਪੜੋਸੀ ਨੂੰ ਹੱਥ ਮਿਲਾਓ ਉਹਨੂੰ ਬੋਲੋ ਅੱਜ ਦਾ ਵਚਨ ਤੁਹਾਡੇ ਲਈ ਹੈ ਅੱਜ ਦੇ ਵਚਨ ਦੁਆਰਾ ਤੁਸੀਂ ਬਦਲੂਗੇ ਸਮਾਈਲ ਅੱਜ ਦੇ ਵਚਨ ਦੁਆਰਾ ਤੁਹਾਡੀ ਲਾਈਫ ਸੇਮ ਨਹੀਂ ਰਹੂਗੀ ਆਮੇਨ ਕਿੰਨੇ ਨੇ ਸਮਝ ਪਾ ਰਹੇ ਆ ਅਭੀ ਭਾਈ ਸਮਝ ਪਾ ਰਹੇ ਹਾਂ ਪੱਕੀ ਗੱਲ ਹੈ ਵਟ ਡੂ ਵੀ ਨੀਡ ਦ ਪ੍ਰੈਜੈਂਸ ਆਫ ਹੋਲੀ ਸਪਿਰਿਟ ਮੈਂ ਬੈਠਾ ਮੈਂ ਮਿਨਿਸਟਰੀ ਕਰ ਰਿਹਾ ਐਂਡ ਇੱਕ ਟਾਈਮ ਤੇ ਆਮ ਜਸਟ ਫੀਲਿੰਗ ਸੋ ਮਚ ਅਨੋਇੰਟਿੰਗ ਐਂਡ ਜਦੋਂ ਮੈਂ ਆਪਣੇ ਪਰਸਨਲ ਲਾਈਫ ਦੇ ਵਿੱਚ ਹਾਂ ਨੋ ਪ੍ਰੇਅਰ ਨੋ ਬਾਈਬਲ ਰੀਡਿੰਗ ਨੋ ਭੁੱਖ ਨੋ ਪਿਆਰ ਮੈਂ ਆਪਣੇ ਆਪ 'ਚ ਹੀ ਇੰਨਾ ਹੋ ਚੁੱਕਿਆ ਭੁੱਖ ਜਿਹੜੀ ਹੈ ਉਹ ਮਰ ਚੁੱਕੀ ਹੈ ਜਦੋਂ ਭੁੱਖ ਮਰ ਗਈ ਸਮਝ ਲਿਓ ਪੰਗਾ ਪੈ ਗਿਆ ਜੋ ਇਹ ਆਉਣ ਦੀ ਲੋੜ ਆ ਭੁੱਖ ਦੁਆਰਾ ਲਿਆਉਣ ਦੀ ਲੋੜ ਹੈ ਸਮਝ ਪਾ ਰਹੇ ਕਹਿੰਦਾ ਮੈਂ ਛਿੱਤਰ ਉਹਨੂੰ ਫੇਰਦਾ ਜਿਹਨੂੰ ਮੈਂ ਪਿਆਰ ਕਰਦਾ ਅਗਰ ਇੱਕ ਟਾਣੀ ਨੂੰ ਕੱਟੋ ਮਾੜਾ ਮਾੜਾ ਉਹ ਵੱਧਦੀ ਹੈ ਫਿਰ ਜਿਹਨੂੰ ਉਹ ਛਾਂਗਦਾ ਕਿਹਨੂੰ ਛਾਂਗਦਾ ਜਿਹਨੂੰ ਉਹ ਵਾਧਾ ਹੋਇਆ ਦੇਖਣਾ ਚਾਹੁੰਦਾ ਅਗਰ ਤੁਹਾਨੂੰ ਛਾਂਗ ਨਹੀਂ ਰਿਹਾ ਵਿਚ ਮੀਨਸ ਹੀ ਡੋਂਟ ਕੇਅਰ ਅਬਾਊਟ ਯੂ ਸਮਝ ਪਾ ਰਹੇ ਅਗਰ ਤੁਹਾਡੇ ਪੇਰੈਂਟਸ ਤੁਹਾਨੂੰ ਕੁਛ ਨਾ ਕਹਿਣ ਸਮਝ ਲਿਓ ਦੇ ਡੋਂਟ ਕੇਅਰ ਅਬਾਊਟ ਯੂ ਸਮਝ ਲਿਓ ਦੇ ਡੋਂਟ ਕੇਅਰ ਆਈ ਨੋ ਅ ਪਰਸਨ ਉਹਨਾਂ ਦੀ ਫੈਮਿਲੀ ਦੇ ਵਿੱਚ ਜਿਹੜੇ ਉਹਨਾਂ ਦੀ ਮਦਰ ਆ ਉਹ ਥੋੜ੍ਹਾ ਮੈਂਟਲੀ ਸਲੋ ਕਹਿ ਲਓ ਫਾਦਰ ਹੈ ਨਹੀਂ ਲਾਈਫ 'ਚ ਮਦਰ ਹੀ ਆ ਇਕੱਲੇ ਐਂਡ ਮਦਰ ਵੀ ਥੋੜ੍ਹਾ ਮੈਂਟਲੀ ਸਲੋ ਆ ਨਿਆਣੇ ਵਿਗੜੇ ਪਏ ਕਿਉਂ ਕੋਈ ਕਹਿਣ ਵਾਲਾ ਹੈ ਨਹੀਂ ਜੇ ਬਾਹਰੋਂ ਆਣ ਕੇ ਕੋਈ ਕਹਿੰਦੇ ਤੇਰੀ ਜ਼ੁਰਤ ਕੀਤਾ ਤੂੰ ਸਾਨੂੰ ਕਹਿੰਦਾ ਸੁਣਨ ਵਾਲੇ ਕੰਨ ਹੈ ਨਹੀਂ ਕਹਿੰਦਾ ਇਨਕਲਾਈਨ ਦਾਈ ਈਅਰ ਟੂ ਦ ਵਰਡਸ ਆਫ ਦ ਗੋਡ ਕਹਿੰਦਾ ਆਪਣੇ ਕੰਨਾਂ ਨੂੰ ਉਹਦੇ ਵਚਨ ਵੱਲ ਲਾ ਕੰਨ ਹੈਗੇ ਆ ਪਰ ਸੁਣਨ ਵਾਲੇ ਕੰਨ ਨਹੀਂ ਆ ਹੈਗੇ ਆ ਕੰਨ ਆਈ ਹੈਵ ਈਅਰਸ ਪਰ ਪੱਲੇ ਨਹੀਂ ਪੈ ਰਿਹਾ ਸਮਝ ਪਾ ਰਹੇ ਕਿਹਦੀ ਲੋੜ ਹੈ ਸਾਨੂੰ ਅੱਜ ਹੋਲੀ ਸਪਿਰਿਟ ਦੀ ਪ੍ਰੈਜੈਂਸ ਦੀ ਹੋਲੀ ਸਪਿਰਿਟ ਦੀ ਹਾਲੇਲੂਇਆ ਮਿਹਨਤ ਕਰੋ ਕਿਹੜੇ ਬੰਦਾ ਸੋਚਦਾ ਮੈਂ 12 ਘੰਟੇ ਸ਼ਿਫਟ ਲਾਊਂਗਾ ਪ੍ਰਭੂ ਅੱਜ ਤੇਰੇ ਲਈ ਜਿਹੜੀ ਮੇਰੀ ਕਮਾਈ ਹੋ ਜ਼ਿਆਦਾ ਕਮਾਊਂਗਾ ਮੈਂ ਜ਼ਿਆਦਾ ਤੇਰੇ ਘਰ ਦਊਂਗਾ ਜ਼ਿਆਦਾ ਤਾਂ ਤੁਸੀਂ ਕਮਾ ਲਿਆ ਸਮੇਂ ਨਹੀਂ ਬਤਾਇਆ ਉਹਦੇ ਨਾਲ ਵਚਨ ਨਹੀਂ ਪੜਿਆ ਉਹ ਜ਼ਿਆਦਾ ਕਮਾਈ ਦਾ ਫਾਇਦਾ ਨਹੀਂ ਹੋਇਆ ਆਮ ਸੋਰੀ ਯੂ ਵੇਸਟ ਯੋਰ ਟਾਈਮ ਸਮਝ ਪਾ ਰਹੇ ਅਗਰ ਮੇਰੀ ਲਾਈਫ 'ਚ ਗੁੱਡ ਨਿਊਜ਼ ਨਹੀਂ ਹੈ ਮੈਂ ਕਿਸੇ ਨੂੰ ਗੁੱਡ ਨਿਊਜ਼ ਨਹੀਂ ਦੇ ਸਕਦਾ ਮੈਂ ਕਹਿੰਦਾ ਮੇਰੇ ਨਾਲ ਚਰਚ ਚੱਲ
ਅੱਧਾ ਮਰਿਆ ਪਿਆ ਖੁਦ ਕਿੱਦਾਂ ਕਿਸੇ ਨੂੰ ਚਰਚ ਲੈ ਕੇ ਜਾਊਂਗਾ? ਕਹਿਣਾ ਤੇਰੀ ਲਾਈਫ 'ਚ ਕੀ ਇੱਦਾਂ ਦਾ ਹੋਇਆ ਕਿ ਮੇਰੀ ਲਾਈਫ 'ਚ ਵੀ ਹੋਊਗਾ ਜੇ ਮੈਂ ਤੇਰੇ ਨਾਲ ਚਰਚ ਚੱਲੂੰਗਾ? ਅੰਡਰਸਟੈਂਡ, ਅਗਰ ਮੇਰੀ ਲਾਈਫ 'ਚ ਕੁਛ ਹੋਇਆ, ਆਈ ਹੈਵ ਦ ਟੈਸਟਮਨੀ, ਆਈ ਕੈਨ ਗਿਵ ਇਟ ਟੂ ਸਮਵਨ, ਐਂਡ ਉਹ ਕਹਿ ਸਕਦਾ ਪਲੀਜ਼ ਕਮ, ਮੇਰੀ ਜੀਵਨ 'ਚ ਕੰਮ ਹੋਇਆ ਤੇਰੇ ਜੀਵਨ 'ਚ ਵੀ ਹੋਊਗਾ। ਪਰ ਹੋਊਗਾ ਕਿੱਦਾਂ? ਭੁੱਖ ਮਰ ਗਈ ਆ ਜਦੋਂ ਨਵੇਂ ਨਵੇਂ ਆਏ ਸੀ। ਲੈਟਸ ਰੀਡ ਅ ਵਰਡ, ਰੈਵਲੇਸ਼ਨ ਦੇ ਵਿੱਚੋਂ ਪੜ੍ਹੀ ਆਪਾਂ, ਬੁੱਕ ਆਫ ਰੈਵਲੇਸ਼ਨ, ਮਾਈਕ ਫੜ ਲਓ ਆਣ ਕੇ। ਰੈਵਲੇਸ਼ਨ ਦਾ ਆਮ ਜਸਟ ਕਨ ਲੁੱਕ ਫੋਰ ਯੂ ਕੁਇਕਲੀ, ਰੈਵਲੇਸ਼ਨ ਚੈਪਟਰ 1, ਐਕਚੁਅਲੀ ਚੈਪਟਰ 2, ਪ੍ਰਕਾਸ਼ ਦੀ ਪੋਥੀ ਦੂਜਾ ਅਧਿਆਇ ਉਹਦੀ 4 ਨੰਬਰ ਆਇਤ, ਬੁੱਕ ਆਫ ਰੈਵਲੇਸ਼ਨ ਚੈਪਟਰ 2 ਵਰਸ ਨੰਬਰ 4। ਹਾਂਜੀ ਪੜ੍ਹੋ ਕੀ ਲਿਖਿਆ। ਕਿਹੜਾ? ਹਾਂ ਹੈ, ਕਹਿੰਦਾ ਮੈਨੂੰ ਤੇਰੇ ਨਾਲ ਨਾਰਾਜ਼ਗੀ ਆ, ਇੱਕ ਪਰਮੇਸ਼ਰ ਨੂੰ, ਉਸ ਕਲੀਸਿਆ ਨਾ ਕਲੀਸਿਆ ਨੂੰ, ਜਿਸ ਕਲੀਸਿਆ ਦੇ ਨੂੰ ਜਿਹੜਾ ਜੌਨ, ਜਿਹੜਾ ਯੀਸ਼ੂ ਮਸੀਹ ਦਾ ਚੇਲਾ, ਬੁੱਕ ਆਫ ਰੈਵਲੇਸ਼ਨ ਲਿਖ ਲਿਆ, ਉਹਨੂੰ ਏਂਜਲ ਜਾਂ ਪਰਮੇਸ਼ਰ ਖੁਦ ਦੱਸ ਰਿਹਾ ਕਿ ਇਹ ਇਸ ਕਲੀਸਿਆ ਨੂੰ ਲਿਖ, ਮੈਨੂੰ ਤੁਹਾਡੇ ਨਾਲ ਇੱਕ ਗੱਲ ਦੀ ਨਾਰਾਜ਼ਗੀ ਆ। ਉਹ ਗੱਲ ਕੀ ਹੈ? ਕਿਸ ਗੱਲ ਦੀ ਨਾਰਾਜ਼ਗੀ ਹੈ? ਹਾਂਜੀ, ਕਿਸ ਗੱਲ ਦੀ ਨਾਰਾਜ਼ਗੀ ਹੈ? ਪਹਿਲਾ ਪਿਆਰ ਭੁੱਲ ਗਿਆ, ਯੂ ਫੋਰਗਾਟ ਯੂਰ ਫਸਟ ਲਵ। ਤੁਹਾਨੂੰ ਇੱਕ ਚੀਜ਼ ਦੱਸਦਾ, ਜਦੋਂ ਸਾਰਾ ਕੁਛ ਚੰਗਾ ਚੰਗਾ ਹੋ ਰਿਹਾ ਹੋਵੇ, ਉਦੋਂ ਉਹਦੀ ਮਹਿਮਾ ਕਰਨਾ ਬੜਾ ਦਿਲੋਂ ਹੁੰਦੀ। ਜਦੋਂ ਸਾਰਾ ਕੁਛ ਤਾਂ ਠਾਂ ਹੋ ਜਾਓ, ਉਦੋਂ ਮਹਿਮਾ ਨਹੀਂ ਹੁੰਦੀ। ਰੀਜ਼ਨ ਕੀ ਹੈ? ਟੁੱਟੇ ਪਏ ਆ ਅੰਦਰੋਂ, ਕਰਨਾ ਚਾਹੁੰਦੇ ਹਾਂ ਪਰ ਹੋ ਨਹੀਂ ਰਿਹਾ। ਡੋਂਟ ਵਰੀ, ਅਗਰ ਉਹ ਪਹਿਲਾਂ ਕਰ ਸਕਦਾ, ਉਹ ਜਿਹੜਾ ਇੱਥੇ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਸਭ ਬਦਲ ਜਾਵੇਗਾ। ਮੇਰਾ ਯਿਸੂ ਨਾ ਬਦਲੇਗਾ, ਜੱਗ ਗੁਜ਼ਰ ਜਾਵੇਗਾ, ਮੇਰਾ ਯਿਸੂ ਨਾ ਬਦਲੇ। ਇੱਕੋ ਰੱਬ ਜੀ ਦਾ ਨਾਮ ਯਹੋਵਾ, ਉਹ ਨਾ ਬਦਲੇਗਾ, ਸਭ ਬਦਲ ਜਾਵੇਗਾ, ਮੇਰਾ ਯਿਸੂ ਨਾ ਬਦਲੇਗਾ। ਵਟ ਡੂ ਯੂ ਨੀਡ? ਦ ਪ੍ਰੈਜੈਂਸ ਆਫ, ਵਟ ਡੂ ਯੂ ਨੀਡ? ਵਟ ਡੂ ਯੂ ਨੀਡ ਟੂਡੇ? ਡੂ ਯੂ ਨੀਡ ਬਲੈਸਿੰਗਸ? ਹੈ, ਡੂ ਯੂ ਨੀਡ ਫੇਵਰ? ਹੈ, ਕੀ ਚਾਹੀਦਾ ਤੁਹਾਨੂੰ? ਯੂ ਨੀਡ ਦ ਪ੍ਰੈਜੈਂਸ ਆਫ ਹੋਲੀ ਸਪਿਰਿਟ। ਅਗਰ ਮੇਰੇ ਕੋਲ ਹੋਲੀ ਸਪਿਰਿਟ ਦੀ ਪ੍ਰੈਜੈਂਸ ਹੈ, ਉਹ ਖੁਦ ਹੈ ਮੇਰੇ ਕੋਲ, ਇਟ ਡਜ਼ਨਟ ਮੈਟਰ, ਪਹਿਲੇ ਪਹਾੜ ਟੱਠਿਆ ਇਹ ਵੀ ਟੈ ਜੂਗਾ, ਡੋਂਟ ਵਰੀ, ਰਿਲੈਕਸ। ਪਰਮੇਸ਼ਰ ਕਹਿੰਦਾ ਅਗਰ ਤੇਰੇ ਦਿਲ 'ਚ ਨਾਰਾਜ਼ਗੀ ਹੈ, ਪਹਿਲਾਂ ਜਾ ਕੇ ਉਹਨੂੰ ਮਨਾ, ਫਿਰ ਮੇਰੇ ਅੱਗੇ ਆਣ ਕੇ ਭੇਂਟ ਰੱਖੀ, ਫਿਰ ਐਕਸੈਪਟ ਕਰੂੰਗਾ। ਆਈ ਐਮ ਟੈਲਿੰਗ ਯੂ, ਇਟ ਅਪਲਾਈਜ਼ ਔਨ ਆਲ ਆਫ ਅਸ। ਪਹਿਲਾਂ ਕੀ ਖਤਮ ਕਰਨਾ? ਨਾਰਾਜ਼ਗੀ। ਪਰਮੇਸ਼ਰ ਦੀ ਪ੍ਰੈਜੈਂਸ ਨਹੀਂ ਫੀਲ ਹੋ ਰਹੀ, ਕਿੱਥੋਂ ਫੀਲ ਹੋਣੀ? ਦਿਲ ਦੇ ਵਿੱਚ ਕੁਛ ਰੱਖਿਆ ਪਿਆ। ਲੈਟਸ ਗੈਟ ਰੀਡ ਆਫ ਇਟ। ਭੇਂਟ, ਪ੍ਰਭੂ ਜੀ ਭੇਂਟ, ਸਟੋਪ, ਗੋ, ਉਹ ਫਿਕਸ ਕਰਕੇ ਆ, ਦੈਨ ਕਮ ਬੈਕ, ਦੈਨ ਕਰਾਂਗੇ ਆਪਾਂ ਇਹ ਕੰਮ। ਸਮਝ ਪਾ ਰਹੇ? ਅਗਰ ਲਾਈਫ ਦੇ ਵਿੱਚ ਕੁਛ ਗਲਤ ਕਰ ਰਹੇ ਹਾਂ ਤਾਂ ਪਤਾ ਨਹੀਂ ਚੱਲ ਰਿਹਾ ਗਲਤ ਕਰ ਰਹੇ ਹਾਂ, ਤਾਂ ਇਹ ਗੱਲ ਸਮਝ ਲਿਓ, ਪਰਮੇਸ਼ਰ ਦੀ ਆਵਾਜ਼ ਨਹੀਂ ਸੁਣ ਰਹੀ, ਹੋਲੀ ਸਪਿਰਿਟ ਦੀ ਪ੍ਰੈਜੈਂਸ ਨਹੀਂ ਹੈ। ਅਗਰ ਉਹ ਹੋਊਗਾ ਤੁਹਾਨੂੰ ਦੱਸੂਗਾ, ਪੁੱਤ ਸਟੋਪ, ਦਿਸ ਇਜ਼ ਰੋਂਗ, ਲੈਟਸ ਫਿਕਸ ਦਿਸ। ਸਮਝ ਪਾ ਰਹੇ? ਵਟ ਯੂ ਨੀਡ ਟੂਡੇ? ਦ ਪ੍ਰੈਜੈਂਸ ਆਫ, ਕਿਹਦੀ ਪ੍ਰੈਜੈਂਸ? ਹੋਲੀ ਸਪਿਰਿਟ ਦੀ ਪ੍ਰੈਜੈਂਸ ਚਾਹੀਦੀ ਹੈ ਸਾਨੂੰ। ਹੋਲੀ ਸਪਿਰਿਟ ਇੱਕ ਪਰਸਨ ਹੈ ਜਿਹੜਾ ਸਾਡੇ ਨਾਲ ਰਹਿੰਦਾ, ਸਾਡੇ ਨਾਲ ਗੱਲਾਂ ਬਾਤਾਂ ਕਰਨਾ ਚਾਹੁੰਦਾ। ਪਰ ਮੈਂ ਪ੍ਰੇਅਰ ਕਰਨ ਬੈਠਾ, ਮੈਂ ਰਾਸ਼ਨ ਲਿਸਟ ਦੇਤੀ, ਆਈ ਸੈਡ ਐਵਰੀਥਿੰਗ, ਬਟ ਮੈਨੂੰ ਇਹ ਨਹੀਂ ਪੁੱਛਿਆ ਲੋਰਡ ਤੂੰ ਕੀ ਚਾਹੁੰਦਾ। ਆਈ ਡਿਡ ਐਵਰੀਥਿੰਗ, ਪ੍ਰਭੂ ਜੀ ਮੇਰੇ ਰਿਸ਼ਤੇਦਾਰਾਂ ਨੂੰ ਬਲੈਸ ਕਰ ਦਿਓ, ਮੇਰਾ ਬੱਚਾ A+ ਆਵੇ ਤਾਂ A+, ਪਹਿਲੇ ਨੰਬਰ 'ਤੇ ਆਵੇ,
ਪਹਿਲੇ ਨੰਬਰ 'ਤੇ ਆਵੇ ਤੇਰੇ ਘਰ ਮੈਂ ਭੇਂ ਲੰਗਰ ਲਾਊਂਗਾ ਰਸਗੁੱਲਿਆਂ ਦਾ ਲੱਡੂਆਂ ਦਾ ਮੇਰਾ ਬੱਚਾ ਪਾਸ ਹੋ ਜਾਏ ਰਿਮੈਂਬਰ ਉਹ ਬੱਚਾ ਪਾਸ ਨਹੀਂ ਹੋਣਾ ਅਗਰ ਤੁਹਾਡੀ ਲਾਈਫ 'ਚ ਉਹਦੀ ਪ੍ਰੈਜੈਂਸ ਨਹੀਂ ਹੈ ਐਂਡ ਉਹ ਪ੍ਰੈਜੈਂਸ ਦੇ ਦੁਆਰਾ ਤੁਸੀਂ ਉਸ ਬੱਚੇ ਲਈ ਪ੍ਰੇਅਰ ਨਹੀਂ ਕਰ ਰਹੇ ਇਟਸ ਨੋਟ ਗੋਇੰਗ ਟੂ ਹੈਪਨ ਕਹਿੰਦਾ ਜਿਹੜਾ ਪਰਸਨ ਯਿਸੂ ਮਸੀਹ ਨੂੰ ਕਹਿੰਦਾ ਯੂ ਆਰ ਦਾ ਲੋਰਡ ਉਹ ਹੋਲੀ ਸਪਿਰਿਟ ਦੀ ਅਗਵਾਈ 'ਚ ਕਹਿੰਦਾ ਯੂ ਕੈਨ ਨੋਟ ਸੇ ਯੂ ਆਰ ਗੋਡ ਵਿਦਾਊਟ ਹੋਲੀ ਸਪਿਰਿਟ ਸਮਝ ਪਾ ਰਹੇ ਕਿਹਦੇ ਕੋਲ ਹੋਲੀ ਸਪਿਰਿਟ ਹੈ ਕਿਹਦੀ ਲਾਈਫ 'ਚ ਹੈ ਅੱਜ ਸ਼ੋ ਮੀ ਹੈਗਾ ਤੁਹਾਡੀ ਲਾਈਫ ਦੇ ਵਿੱਚ ਦੈਟਸ ਵਾਟ ਯੂ ਨੀਡ ਨੋ 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 ਸਮਝ ਪਾ ਰਹੇ ਵਾਟ ਡੂ ਵੀ ਨੀਡ ਟੂਡੇ ਦਾ ਪ੍ਰੈਜੈਂਸ ਆਫ ਹੋਲੀ ਸਪਿਰਿਟ ਸਾਰਾ ਕੁਝ ਐਵਰੀਥਿੰਗ ਇਜ਼ ਫਾਈਨ ਮੇਰੀ ਆਵਾਜ਼ ਛੇੜੀ ਹੈ ਕਿਸੇ ਨੇ ਡਿਡੀ ਚਾਚੇ ਆਵਾਜ਼ ਤਾਂ ਨਹੀਂ ਛੇੜੀ ਕਹਿੰਦਾ ਸਾਰਾ ਕੁਝ ਤੇਰੇ ਕੋਲ ਹੈਗਾ ਸਾਰਾ ਕੁਝ ਤੂੰ ਵਧੀਆ ਕੀਤਾ ਇੱਕ ਗੱਲ ਦੀ ਮੈਨੂੰ ਨਾਰਾਜ਼ਗੀ ਹੈ ਉਹ ਕੀ ਹੈ ਕੀ ਭੁੱਲ ਗਿਆ ਪਹਿਲਾ ਪਿਆਰ ਭੁੱਲ ਗਿਆ ਇਨ ਦ ਬਿਗਨਿੰਗ ਆਈ ਵਾਸ ਡੂਇੰਗ 5 ਫਾਸਟਿੰਗ ਅ ਵੀਕ ਸਿਰਫ ਵੀਕਐਂਡ ਤੇ ਖਾਣਾ ਪੀਣਾ ਖਾਂਦੇ ਹੀ 5 ਦਿਨ ਫਾਸਟਿੰਗ ਦੇ ਵਿੱਚ ਐਵਰੀਥਿੰਗ ਵਾਸ ਫਾਈਨ ਚੱਲਦੇ ਗਏ ਇੱਕ ਮੂਮੈਂਟ ਆਇਆ ਨਾਓ ਠੱਪ ਸਾਰਾ ਕੁਝ ਖਤਮ ਪਹਿਲਾਂ ਕਹਿਣਾ ਮੰਮੀ ਮੰਮੀ ਮੈਂ ਪ੍ਰੇਅਰ ਕਰਕੇ ਤੂੰ ਵੀ ਪ੍ਰੇਅਰ ਕਰ ਅੱਜ ਕੱਲ੍ਹ ਮੰਮੀ ਨੂੰ ਵੀ ਨਹੀਂ ਕਹਿੰਦੇ ਮੰਮੀ ਪ੍ਰੇਅਰ ਕਰ ਆਪ ਹੀ ਨਹੀਂ ਨਾ ਕਰਦੇ ਫਿਰ ਕਿੱਦਾਂ ਕਹਿ ਸਕਦੇ ਆ ਜੋ ਮੈਂ ਖੁਦ ਨਹੀਂ ਕਰਦਾ ਆਈ ਕੈਨੋਟ ਟੈਲ ਸਮਵਨ ਡੂ ਇਟ ਠੀਕ ਹੈ ਨਾ ਕਹਿੰਦਾ ਤੇਰੀ ਅੱਖ ਦੇ ਵਿੱਚ ਖੰਭਾ ਤੇਰੀ ਅੱਖ 'ਚ ਤੀਲਾ ਵਜਿਆ ਆਪਣੀ ਅੱਖ 'ਚੋਂ ਖੰਭਾ ਕੱਢ ਕਹਿੰਦਾ ਪਹਿਲਾਂ ਇਹ ਫੀਲ ਹੋਣਾ ਕਿ ਮੈਂ ਗਲਤ ਹਾਂ ਯੂ ਨੀਡ ਦ ਪ੍ਰੈਜੈਂਸ ਆਫ ਹੋਲੀ ਸਪਿਰਿਟ ਸਮਝ ਪਾ ਰਹੇ ਸਭ ਬਦਲ ਜਾਵੇਗਾ ਮੇਰਾ ਯਿਸੂ ਨਾ ਬਦਲੇਗਾ ਕਹਿੰਦਾ ਤੂੰ ਧਰਤੀ ਦਾ ਲੂਣ ਹੈ ਅਗਰ ਲੂਣ ਨੇ ਆਪਣਾ ਸਵਾਦ ਗਵਾਤਾ ਨਾ ਫਿਰ ਔਖਾ ਆ ਉਹਨੂੰ ਸਵਾਦ 'ਚ ਲਿਆਉਣਾ ਜਦੋਂ ਸਵਾਦ ਗਵਾ ਦਿੰਦਾ ਫਿਰ ਉਹਨੂੰ ਪੈਰਾਂ 'ਚ ਸੁੱਟਦੇ ਆ ਪੈਰਾਂ ਥੱਲੇ ਕੁਚਲਿਆ ਜਾਂਦਾ ਡੂ ਯੂ ਵਾਂਟ ਟੂ ਬੀ ਦੈਟ ਬਣਨਾ ਚਾਹੁੰਦੇ ਉਹ ਨਹੀਂ ਰਾਈਟ ਇਸ ਕਰਕੇ ਆਪਣੀ ਵਰਥ ਪਹਿਚਾਣੋ ਰਿਮੈਂਬਰ ਆਲਵੇਸ ਆਸਕ ਪਰਮੇਸ਼ਰ ਡੇਵਿਡ ਪ੍ਰੇਅਰ ਕਰ ਰਿਹਾ ਆਪਣੇ ਹੋਲੀ ਸਪਿਰਿਟ ਨੂੰ ਮੇਰੇ ਤੋਂ ਅਲੱਗ ਨਾ ਕਰੀ ਹੋਲੀ ਸਪਿਰਿਟ ਮੇਰੇ ਨਾਲ ਰਹਿਣਾ ਚੱਲੇ ਆਪਾਂ ਹੋਲੀ ਸਪਿਰਿਟ ਲੈਸ ਗੋ ਹੋਲੀ ਸਪਿਰਿਟ ਆ ਗਏ ਅਸੀਂ ਉਹਦੇ ਨਾਲ ਜੁੜਿਆ ਰਹਿਣਾ ਹੀ ਤੁਹਾਡੇ ਲਈ ਸੁਰੱਖਿਆ ਹੈ ਸਮਝ ਰਹੇ ਮੈਂ ਉਦੋਂ ਸ਼ੇਅਰ ਕਰ ਰਿਹਾ ਸੀ ਡੂ ਯੂ ਰੀਅਲੀ ਥਿੰਕ ਡੇਵਿਡ ਗੁਫਾ 'ਚ ਲੁਕਿਆ ਤੇ ਉਹ ਲੱਭ ਨਹੀਂ ਪਾਏ ਹੈਂ ਡੇਵਿਡ ਨੂੰ ਕਹਿੰਦੇ ਅਸੀਂ ਬਚ ਗਏ ਨੋ ਪਰਮੇਸ਼ਰ ਨੇ ਬਚਾਇਆ ਉਹ ਤਾਂ ਹੀ ਬਚ ਪਾਇਆ ਉਹ ਸਮਝ ਚੁੱਕਾ ਸੀ ਹੋਲੀ ਸਪਿਰਿਟ ਗਿਆ ਤੇ ਸਾਰਾ ਕੁਝ ਗਿਆ ਖੁਦਾ ਨਹੀਂ ਹੈਗਾ ਨਾ ਲਾਈਫ 'ਚ ਫਿਰ ਜਿਹੜੇ ਮੇਰੇ ਦੁਸ਼ਮਣ ਮੇਰੇ ਮਗਰ ਪਿਆ ਚੱਕ ਦੇਣਾ ਉਹਨਾਂ ਨੇ ਫੇਮਸ ਪਾਸਟਰ ਦੀ ਗੱਲ ਕਰਦੇ ਕਹਿੰਦੇ ਉਹਦੀ US 5000 ਉਹਦੀ ਕਲੀਸੀਆ ਅਰਾਊਂਡ 5000 ਦੈਟ ਪਰਸਨ ਇਜ਼ ਜਸਟ 5000 ਕਲੀਸੀਆ ਐਂਡ ਕਿਸੇ ਖੁਦਾ ਦੇ ਦਾਸ ਨੇ ਪੁੱਛਿਆ ਉਹ ਕਿਤੇ ਗਏ ਟ੍ਰਿਪ 'ਤੇ ਹੈ ਨਾ ਕਹਿੰਦੇ ਆਪਾਂ ਲੈਸ ਲਾਈਵ ਸਟ੍ਰੀਮਿੰਗ ਕਰ ਰਹੇ ਸੀ ਪੈਥਮੋਸ 'ਤੇ ਗਏ ਉੱਥੇ ਇੱਕ ਜਗ੍ਹਾ ਐਂ ਜਦੋਂ ਕਰ ਰਹੇ ਕਹਿੰਦੇ ਚੱਲ ਆ ਜਾ ਮੇਰੇ ਨਾਲ ਬੈਠ ਰੈਵਲੇਸ਼ਨ 'ਤੇ ਉੱਤੇ ਗੱਲਾਂ ਕਰੀਏ ਕਹਿੰਦੇ ਮੈਨੂੰ ਰੈਵਲੇਸ਼ਨ ਬਾਰੇ ਪਤਾ ਹੀ ਨਹੀਂ ਕੁਛ ਕਹਿੰਦੇ ਆਰ ਯੂ ਸੀਰੀਅਸ ਕਹਿੰਦਾ ਕਿੰਨੀਆਂ ਬੁੱਕਸ ਨਹੀਂ ਪੜ੍ਹੀਆਂ ਤੂੰ ਬਾਈਬਲ 'ਚੋਂ ਕਹਿੰਦਾ ਮੈਨੂੰ ਨਹੀਂ ਪਤਾ ਉਸ ਖੁਦਾ ਦਾਸ ਨੇ ਕਿਹਾ ਕਿ ਤੇਰੀ ਜ਼ਿੰਦਗੀ ਡੇਂਜਰ 'ਚ ਹੈ ਤੇਰੀ ਲਾਈਫ 'ਚ ਵਚਨ ਨਹੀਂ ਹੈ ਤੇਰੀ ਜ਼ਿੰਦਗੀ ਨੂੰ ਖਤਰਾ ਸਮਝ ਪਾ ਰਹੇ ਜਦੋਂ ਉਹਨੇ ਇੰਨੀ ਗੱਲ ਕਹੀ ਉਹ ਕਹਿੰਦਾ ਕਿ ਤੂੰ ਫਿਰ ਸਰਮਨ ਕੀ ਦਿੰਦਾ ਆਪਣੀ ਕਲੀਸੀਆ ਨੂੰ ਸਿਖਾਉਣਾ ਗਈ ਆ ਕਹਿੰਦੇ ਜਿੱਦਾਂ ਦੀ ਬੁੱਕ ਮੈਨੂੰ ਵਧੀਆ ਲੱਗਦੀ ਹਾਂ ਅੱਜ ਬਲੈਸਿੰਗ ਦੇ ਉੱਤੇ ਬੁੱਕ ਪੜ੍ਹ ਲਈ ਦੋ ਸੰਡੇ ਦੇ ਸਰਮਨ ਕਲੀਅਰ ਹੋ ਗਏ ਅੱਜ ਅਨੋਇੰਟਿੰਗ ਦਾ ਬੁੱਕ ਪੜ੍ਹ ਲਈ ਦੋ ਸੰਡੇ ਕਲੀਅਰ ਹੋ ਗਏ ਅੱਜ ਗ੍ਰੇਸ ਦੇ ਬੁੱਕ ਪੜ੍ਹ ਲਈ ਦੋ ਸੰਡੇ ਕਲੀਅਰ ਹੋ ਗਏ ਕਿਤੇ ਵਚਨ ਕਿੱਥੇ ਆ ਕਿਸੇ ਦਾ ਫੋਨ ਚੱਲ ਰਿਹਾ ਬੰਦ ਕਰੋ ਕਿੱਥੇ ਕਿੱਥੇ ਆ ਵਚਨ ਕਿੱਥੇ ਆ ਸਮਝ ਪਾ ਰਹੇ ਕਹਿੰਦੇ ਵਚਨ ਹੈ ਹੀ ਨਹੀਂ ਲਾਈਫ ਦੇ ਵਿੱਚ ਕਹਿੰਦੇ ਤੇਰੀ ਸੋਲ ਡੇਂਜਰ ਦੇ ਵਿੱਚ ਹੈ ਅਗਰ ਤੇਰੀ ਲਾਈਫ 'ਚ ਵਚਨ ਨਹੀਂ ਹੈ ਪੰਗਾ ਪੈਣ ਵਾਲਾ ਹੀ ਕਹਿੰਦੇ ਉਹ ਕਹਿੰਦੇ ਨਹੀਂ ਨਹੀਂ ਮੈਨੂੰ ਕੁਛ ਨਹੀਂ ਹੋਣਾ ਇੱਦਾਂ ਨਾ ਮੈਨੂੰ ਕਹਿ ਮੇਰੀ ਕਲੀਸਿਆ 5000 ਹੈ ਜਿੰਨੀ ਮਰਜ਼ੀ ਕਲੀਸਿਆ ਹੋਵੇ ਅਗਰ ਖੁਦਾ ਨਹੀਂ ਨਾ ਜ਼ਿੰਦਗੀ 'ਚ ਪਟਾਕਾ ਪੈ ਜਾਣਾ ਹੀ ਹੂੰ ਤੋ ਪਾਣੀ ਉੱਡਦੀ ਪਹਿਲਾਂ ਖੁਦਾ ਨੇ ਬਚਾ ਲਿਆ ਹੁਣ ਆਣੀ ਆ ਹੁਣ ਨਹੀਂ ਬਚਣਾ ਤੁਸੀਂ ਖੁਦਾ ਨਾਰਾਜ਼ ਆ ਕਹਿੰਦੇ ਇੱਕ ਦਿਨ ਉਹੀ ਬੰਦਾ 5000 ਕਲੀਸਿਆ ਓਵਰਡੋਜ਼ ਵਿੱਚ ਡਾਈਟ ਡਰੱਗ ਓਵਰਡੋਜ਼ ਖਤਮ ਐਂਡ ਉਹੀ ਉਹਦੀ ਵੀਕਨੈਸ ਸੀਗੀ ਜਦੋਂ ਮਸੀਹ 'ਚ ਆਇਆ ਸੀ ਨਸ਼ੇ ਸੀਗੇ ਜਿਹੜੀ ਤੁਹਾਡੀ ਵੀਕਨੈਸ ਪਹਿਲੇ ਨੰਬਰ 'ਤੇ ਬਿਗਨਿੰਗ 'ਚ ਆਇਓ ਤੁਸੀਂ ਖੁਦਾ 'ਚ ਆਏ ਅਗਰ ਵਚਨ ਘਟਣ ਲੱਗ ਪਿਆ ਉੱਥੇ ਹੀ ਫੜਨਾ ਉਹਨੇ ਆਣਾ ਇੱਥੋਂ ਫਸਾਸ ਝੂਠ ਝੂਠ ਬੋਲਣਾ ਇੰਨਾ ਨੋਰਮਲ ਹੋ ਚੁੱਕਾ ਹੁਣ ਪਤਾ ਹੀ ਨਹੀਂ ਲੱਗਦਾ ਝੂਠ ਬੋਲਿਆ ਪਤਾ ਹੀ ਨਹੀਂ ਲੱਗਦਾ ਹੈਂ ਕਹਿੰਦਾ ਵੀ
ਝੂਠ ਬੋਲਣਾ ਨਾ ਤੇਰੀ ਪ੍ਰੋਬਲਮ, ਝੂਠ 'ਚ ਫਸਾਊਂਗਾ ਤੁਹਾਨੂੰ ਮੈਂ। ਝੂਠ ਝੂਠ ਦੇ ਵਿੱਚ ਜਿਹੜੀਆਂ ਫੈਮਿਲੀਜ਼ ਆ, ਹਸਬੈਂਡ ਵਾਈਫ, ਰਿਸ਼ਤੇ ਟੁੱਟ ਜਾਂਦੇ ਝੂਠ ਦੇ ਚੱਕਰ 'ਚ, ਸਮਝ ਪਾ ਰਹੇ? ਪਰ ਮੇਰੇ ਲਈ ਝੂਠ ਨੋਰਮਲ ਹੋ ਗਿਆ। ਉਹਨੇ ਮੈਨੂੰ ਕਿਹਾ ਹਾਂ ਵੀ ਕਿੰਨੇ ਸੀਗੇ, ਕਿੰਨੇ ਬੰਦੇ ਆਏ ਸੀ, ਮੈਂ ਆਪਣੇ ਵੱਲੋਂ ਹੀ ਜਸਟ ਯੂ ਨੋ ਫੋਰ ਐਗਜ਼ਾਮਪਲ ਕਿੰਨੇ ਪੈਸੇ ਹੋਏ ਤੇਤੋਂ ਅੱਜ, ਉੱਦਾਂ ਹੀ ਹੱਲਾ ਸ਼ਰੀ ਹੋਇਆ 500 700 ਹੋਇਆ, ਅੱਜ ਮੈਂ 700 ਕਮਾਇਆ, 200 ਡਾਲੋ ਵਧਾ ਚੜਾ ਕੇ, ਕੀ ਫਾਇਦਾ ਹੋਇਆ ਤੁਹਾਨੂੰ ਝੂਠ ਬੋਲ ਕੇ? ਹੱਲਾਸ਼ੇਰੀ ਲਈ ਉਹ ਬੱਲੇ, ਤੂੰ 700 ਕਮਾ ਲਿਆ ਅੱਜ, 5 ਸਕਿੰਟ ਦਾ ਲੈਣ ਦੇ ਲਈ ਉਹਨੂੰ ਕੀ ਕੀਤਾ, ਝੂਠ ਮਾਰ। ਆਲਵੇਜ਼ ਰਿਮੈਂਬਰ, ਤੁਹਾਡੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਤੁਹਾਨੂੰ ਪਾਪ ਵੱਲ ਲੈ ਜਾਂਦੀਆਂ। ਸਮਝ ਪਾ ਰਹੇ? ਵੱਟ ਡੂ ਯੂ ਨੀਡ ਟੂਡੇ? ਵੱਟ ਡੂ ਯੂ ਨੀਡ? ਪ੍ਰੈਜੈਂਸ ਆਫ ਹੋਲੀ ਸਪਿਰਿਟ। ਅਗਰ ਉਹ ਤੁਹਾਡੀ ਜੀਵਨ 'ਚ ਹੋਊਗਾ ਤੁਹਾਨੂੰ ਦੱਸੂਗਾ ਪੁੱਤ ਇੱਥੇ ਗਲਤ ਆ। ਪ੍ਰੋਵਰਬਸ ਦੇ ਵਿੱਚ ਲਿਖਿਆ ਪਰਮੇਸ਼ਰ ਨੂੰ ਜਿਹੜੇ ਤੱਕੜੀ ਜਿਹੜੀ ਸਕੇਲ ਗਲਤ ਤੋਲਦੀ ਆ ਉਹਨੂੰ ਪਸੰਦ ਨਹੀਂ ਹੈ। ਅਗਰ ਤੁਸੀਂ ਇੱਦਾਂ ਦਾ ਕੰਮ ਕਰਦੇ ਹੋ ਤੁਹਾਡੀ ਤੱਕੜੀ ਗਲਤ ਤੋਲ ਰਹੀ ਹੈ, ਰਿਮੈਂਬਰ ਪਟਾਕਾ ਪੈਣ ਵਾਲਾ, ਧਿਆਨ ਨਾਲ ਬਚ ਜਾਓ, ਉੱਥੋਂ ਹੀ ਫਸਣਾ। ਕਹਿੰਦਾ ਚੋਰ ਕਿੱਥੋਂ ਆਉਂਦਾ? ਜਿੱਥੋਂ ਉਹਨੂੰ ਡੋਰ ਖੁੱਲ੍ਹਾ ਮਿਲਿਆ। ਇੱਧਰ ਕੋਈ ਨਹੀਂ ਹੈਗਾ, ਆਹ ਛੋਟਾ ਜਿਹਾ ਡੋਰ ਇੱਥੋਂ ਦੀ ਲੰਘ ਗਿਆ। ਇੱਕ ਦਿਨ ਬੜੀ ਬਿਊਟੀਫੁਲ ਕਿਸੇ ਨੇ ਸਟੋਰੀ ਸੁਣਾਈ, ਆਪਾਂ ਦੇਖਦੇ ਨਾ ਇੱਥੇ ਜਿਹੜੇ ਸਕੁਅਰਲ ਕਾਟੋ ਜਿੱਦਾਂ ਕਹਿ ਦੀ ਦਾ ਉਹਨੂੰ, ਕਹਿੰਦੇ ਦਰਖਤ ਦੇ ਵਿੱਚ ਉਹਨੇ ਛੋਟਾ ਜਿਹਾ ਸ਼ੇਕ ਕੱਢਿਆ, ਹੁਣ ਉਹ ਛੋਟੀ ਜਿਹੀ ਆ, ਉਹ ਅੰਦਰ ਚਲ ਗਈ। ਅੰਦਰ ਜਗ੍ਹਾ ਵੱਡੀ ਹੈ ਪਰ ਮੂੰਹ ਉਹਦਾ ਇੰਨਾ ਛੋਟਾ ਜਿਹਾ, ਹੁਣ ਅੰਦਰ ਬੈਠੀ ਆ। ਉਹਨੂੰ ਰੋਜ਼ ਹੀ ਕੋਈ ਨਾ ਕੋਈ ਕੀੜਾ ਮਕੌੜਾ ਮਿਲ ਜਾਂਦਾ, ਅੰਦਰ ਹੀ ਬੈਠੀ ਆ, ਖਾਈ ਜਾ ਰਹੀ ਹੈ, ਵੱਡੀ ਹੋਈ ਜਾ ਰਹੀ। ਹੁਣ ਮੂੰਹ ਛੋਟਾ, ਜਦੋਂ ਵੱਡੀ ਬਹੁਤ ਹੋ ਗਈ ਅੰਦਰ, ਹੁਣ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਪਰ ਹੁਣ ਆ ਨਹੀਂ ਹੋਣਾ, ਹੁਣ ਅੰਦਰ ਫਸ ਗਈ। ਹੁਣ ਧੋਣ ਖਿੱਚੋ, ਲੱਤ ਖਿੱਚੋ, ਹੁਣ ਇੱਦਾਂ ਹੀ ਸਾਡੀ ਲਾਈਫ ਦੇ ਵਿੱਚ ਪ੍ਰੋਬਲਮ ਹੈ, ਛੋਟੀ ਜਿਹੀ ਹੋ ਕੇ ਆਉਂਦੀ, ਆਪਾਂ ਡੇਲੀ ਉਹਨੂੰ ਫੀਡ ਕਰ ਰਹੇ। ਉਹ ਕੋਈ ਗੱਲ ਨਹੀਂ, ਅੱਜ ਪ੍ਰੇਅਰ ਨਾ ਵੀ ਕਰਾਂ, ਚਰਚ ਤੋਂ ਆਏ ਹਾਂ ਸੰਡੇ, ਪ੍ਰੇਅਰ ਕਰਕੇ ਹੀ ਆਏ ਹਾਂ, ਕੋਈ ਗੱਲ ਨਹੀਂ, ਅੱਜ ਰਹਿਣ ਦੀ ਹੈ ਪ੍ਰੇਅਰ ਕਰਨ ਨੂੰ, ਕਰਦੇ ਕਰਾਉਂਦੇ। ਮੰਡੇ ਵੀ ਗਿਆ, ਕਿਉਂਕਿ ਮੰਡੇ ਪ੍ਰੇਅਰ ਤਾਂ ਨਹੀਂ ਕਰਨੀ ਕਿਉਂਕਿ ਪਹਿਲਾ ਦਿਨ ਆ ਮੇਰੇ ਕੰਮ ਦਾ, ਅਤੇ ਸੰਡੇ ਮੈਂ ਪੂਰਾ ਵਰਸ਼ਿਪ 4 ਘੰਟੇ ਕੀਤੀ ਆ, ਸੰਡੇ ਹੁਣ ਮੈਂ ਮੰਡੇ ਨਾ ਪ੍ਰੇਅਰ ਕਰਾਂ, ਚੱਲ ਜਾਣਾ, ਕੋਈ ਗੱਲ। ਉਹ ਚੱਲਣ ਚੱਲਣ ਦੇ ਚੱਕਰ 'ਚ ਮੰਗਲਵਾਰ ਵੀ ਗਿਆ, ਬੁੱਧਵਾਰ, ਵੀਰਵਾਰ ਮਾੜੀ ਜਿਹੀ ਪ੍ਰੇਅਰ, ਸ਼ੁੱਕਰਵਾਰ ਥੋੜ੍ਹੀ ਜ਼ਿਆਦਾ ਕਰ ਲਈ, ਸ਼ਨੀਵਾਰ ਨੂੰ ਵੀ ਮੁੰਡੇ ਦਾ ਫੋਨ ਆਇਆ, ਘੁੰਮਣ ਚੱਲਦੇ ਹਾਂ ਵੀਕਐਂਡ ਦੇ, ਘੁੰਮਣ ਚੱਲ ਗਏ, ਫੁੱਲ ਖਤਮ, ਕਰਦੀ ਕਰਦੀ ਪ੍ਰੇਅਰ ਖਤਮ ਹੀ ਹੋ ਗਈ। ਵਚਨ ਤਾਂ ਹੈ ਹੀ ਨਹੀਂ ਨਾ ਲਾਈਫ 'ਚ, ਅਗਰ ਤੁਹਾਡੇ ਤੋਂ ਵਚਨ ਹੋਊਗਾ ਤੁਸੀਂ ਫਸੇ ਹੋਵੋਗੇ, ਤੁਹਾਨੂੰ ਰਿਮਾਇੰਡ ਕਰਾਊਗਾ, ਪੁੱਤ ਆਹ ਦੇਖ ਤੂੰ ਇੱਥੇ ਪੜਿਆ ਸੀਗਾ, ਇਹੀ ਵਚਨ ਤੇਰੇ ਲਾਈਫ 'ਤੇ ਫਿੱਟ ਹੁੰਦਾ, ਇਹਨੂੰ ਯਾਦ ਰੱਖੀ, ਨਿਕਲ ਜੂੰਗਾ, ਕੋਈ ਗੱਲ ਨਹੀਂ। ਪਰ ਵਚਨ ਹੈ ਨਹੀਂ ਨਾ, ਹੁਣ ਯਾਦ ਕਿੱਥੋਂ ਆਉਣਾ, ਯਾਦ ਨਹੀਂ ਆ, ਹੈ ਹੀ ਨਹੀਂ, ਪੜਿਆ ਹੀ ਨਹੀਂ, ਸਮਝ ਪਾ ਰਹੇ? ਡੇਵਿਡ ਸਮਝ ਚੁੱਕਾ ਸੀ, ਅਗਰ ਹੋਲੀ ਸਪਿਰਿਟ ਪਰਮੇਸ਼ਰ ਗਿਆ ਨਾ ਮੇਰੀ ਲਾਈਫ 'ਚੋਂ, ਖਤਮ ਹੈ ਮੇਰੀ ਲਾਈਫ। ਆਹ 66 ਲੜਾਈਆਂ, ਕਿਵੇਂ ਲੜਾਈਆਂ, 66 ਦੀਆਂ 66 ਜਿੱਤ ਗਿਆ ਜੀ, ਇੱਕ ਅੱਧੀ ਹਾਰੀ ਜਾਂਦਾ ਬੰਦਾ, ਨਾ ਜੀ ਨਾ, ਇੱਕ ਵੀ ਨਹੀਂ। ਕਿੰਨੀਆਂ ਜਿੱਤੀਆਂ, ਜਿੱਤੀਆਂ ਨਾ, ਜਿੱਤੂਗੇ ਫਿਰ ਤੁਸੀਂ, ਕੋਈ ਗੱਲ, ਓੜੀਆਂ ਮਾੜੀਆਂ ਲੜਾਈਆਂ ਵੀ ਜਿੱਤੂਗੇ, ਯੂ ਡਿਡਨਟ ਹੀਅਰ ਦੈਟ, ਸਮਝ ਪਾ ਰਹੇ? ਉਹ ਜੋ ਵੱਡਾ ਲੱਗਦਾ ਨਾ ਤੁਹਾਨੂੰ, ਮੈਂ ਦੱਸਦਾ ਕਿ ਯੂ ਨੋ ਮੈਨੂੰ ਸਾਡੇ ਅੰਕਲ ਗੱਲ ਸੁਣਾਉਂਦੇ ਹੁੰਦੇ ਸੀ, ਕਹਿੰਦੇ ਉਹ ਸ਼ੈਤਾਨ ਜਿਹੜਾ ਨਾ, ਉਹ ਨਿੱਕ ਚੂਈ ਵਰਗਾ ਨਿੱਕਾ ਜਿਹਾ, ਉਹ ਇੱਦਾਂ ਦਿਖਾਉਂਦਾ ਮੈਂ ਬਹੁਤ ਵੱਡਾ, ਕਹਿੰਦਾ ਮੈਂ ਬਹੁਤ ਵੱਡਾ ਹੈ ਨਾ, ਨਿੱਕਾ ਜਿਹਾ ਪਰ ਦਿਖਾਉਂਦਾ ਮੈਂ ਬਹੁਤ ਵੱਡਾ, ਜੇ ਤੁਸੀਂ ਜੁੱਤੀ ਲਾਉਂਦੇ ਨਾ ਭੱਜ ਜਾਂਦਾ। ਅੱਜ ਬਲੀਵਰ ਨੂੰ ਆਪਣੀ ਅਥੋਰਿਟੀ ਨਹੀਂ ਪਤਾ, ਦੈਟਸ ਦਾ ਪ੍ਰੋਬਲਮ, ਰਾਈਟ ਯਾਰ। ਖੋਲੋ ਮੇਰੇ ਨਾਲ ਇੱਕ ਹੋਰ ਵਚਨ ਆਪਾਂ ਪੜ੍ਹਦੇ ਹਾਂ ਕੁਇਕਲੀ, ਖੋਲੋ ਮੈਥਿਊ ਚੈਪਟਰ 7 ਵਰਸ 7, ਕੋਈ ਵੀ ਆਣਾ ਪੜ੍ਹ ਦਿਓ, ਰਾਣੀ ਦੀ ਤੁਸੀਂ ਪੜ੍ਹ ਦਿਓ, ਯੂ ਹੈਵ ਮਾਈਕ, ਸੋਚ ਨਾ ਪੜ ਆਪਣੇ ਮਾਈਕ ਦਾ, ਪ੍ਰੈਸ ਦ ਸਵਿਚ, ਹਾਂ ਉਹਦੇ ਲਈ ਖੋਲਿਆ ਜਾਂਦਾ ਹੈ ਪਰ ਬਸ ਬਸ ਦੱਸ ਇਹ ਵਰਸ ਪੜ੍ਹਨੀ। ਕਿੰਨਿਆਂ ਨੇ ਸੁਣੀ ਆ ਪਹਿਲਾਂ ਵਰਸ, ਕਿੰਨੀ ਵਾਰੀ ਸੁਣੀ ਆ ਲਾਈਫ ਦੇ ਵਿੱਚ, ਕਿੰਨੀ ਵਾਰੀ? ਕੈਮਰਾਮੈਨ ਸਾਹਿਬ ਫੋਨ ਆਫ ਰੱਖਿਆ ਕਰੋ, ਜਿੰਨੇ ਟੀਮ ਦੇ ਬੰਦੇ, ਅਗਰ ਕਿਸੇ ਦਾ ਫੋਨ ਅਗਲੇ ਸੰਡੇ ਆਨ ਹੋਇਆ, ਤੁਹਾਡੇ ਫੋਨ ਮੈਂ ਲੈ ਲੈਣੇ ਆ,
ਕਹਿੰਦੇ ਮੰਗੋਗੇ, ਖੜਖੜਾਓਗੇ, ਢੂੰਡੂਗੇ ਪਰਮੇਸ਼ਰ ਦੀ ਪ੍ਰੈਜੈਂਸ ਨੂੰ ਐਂਟਰ ਕਰਨ ਦੇ ਲਈ। ਉਹਦੇ ਲਈ ਆੜੀ ਵਾਲ ਹੈ ਨਾ, ਰੁਕਾਵਟ ਨਹੀਂ ਹੈ। ਉਹ ਪੱਖੇ ਚੋਂ ਵੀ ਲੰਘ ਸਕਦਾ, ਉਹ ਕਿਤੇ ਵੀ ਲੰਘ ਸਕਦਾ। ਕਹਿੰਦੇ ਧਰਤੀ ਸੁੰਜੀ ਸੀਗੀ ਤੇ ਧਰਤੀ ਦੇ ਉੱਤੇ ਕੀ ਛਾਇਆ ਸੀ, ਕੀ ਸੀਗਾ? ਕਹਿੰਦੇ ਇੱਕ ਚੀਜ਼ ਜੋ ਪਰਮੇਸ਼ਰ ਦੇ ਨਾਲ ਸੀਗੀ ਉਸ ਟਾਈਮ। ਆਦਮ ਦੀ ਗੱਲ ਕਰਦਾ, ਕਹਿੰਦਾ ਆਦਮ ਨੇ ਜਿਹੜੀ ਇੱਕ ਚੀਜ਼ ਲਈ, ਉਹਨੇ ਨੋਟਿਸ ਕੀਤਾ ਕਿ ਉਹਦੇ ਨਾਲ ਕੌਣ ਹੈ, ਉਹ ਕੌਣ ਸੀ? ਹੋਲੀ ਸਪਿਰਿਟ। ਕਿਉਂਕਿ ਹੋਲੀ ਸਪਿਰਿਟ ਇੱਕ ਬ੍ਰੈਥ ਦੇ ਵਾਂਗ ਆ, ਉਹਨੇ ਉਹਨੂੰ ਪਹਿਲੇ ਦਿਨ ਤੋਂ ਕਲੋਜ਼ਲੀ ਫੀਲ ਕੀਤਾ ਸੀ, ਕਿਉਂਕਿ ਪਰਮੇਸ਼ਰ ਨੇ ਉਹਦੇ ਸਾਹਾਂ ਦੇ ਵਿੱਚ ਸਾਹ ਪਾਇਆ ਸੀ। ਐਂਡ ਹੋਲੀ ਸਪਿਰਿਟ ਇਜ਼ ਲਾਈਕ ਅ ਬ੍ਰੈਥ, ਯੂ ਕੈਨੋਟ ਲਿਵ ਵਿਦਆਊਟ ਆਕਸੀਜਨ, ਐਂਡ ਗੋਡ ਇਜ਼ ਲਾਈਕ ਆਕਸੀਜਨ, ਤੇ ਉਹ ਤੋਂ ਬਗੈਰ ਨਹੀਂ ਜੀ ਸਕਦੇ। ਦੁਨੀਆ ਦਾ ਏਥੀਐਸਟ ਵੀ ਆਣ ਕੇ ਕਵੇ ਓ ਹੋ ਹੋ ਮੈਂ ਨਹੀਂ ਰੱਬ ਨੂੰ ਮੰਨਦਾ, ਤਾਂ ਦੱਸਦਾ ਉਹ ਵੀ ਰੱਬ ਚਾਹੁੰਦਾ ਤਾਂ ਜੀ ਰਿਹਾ। ਕਿਸੇ ਨੇ ਕਿਹਾ ਸ਼ੈਤਾਨ ਜਿਹੜਾ ਨਾ, ਸ਼ੈਤਾਨ ਦੀ ਦੁਸ਼ਮਣੀ ਰੱਬ ਨਾਲ ਆ, ਉਹ ਰੱਬ ਦਾ ਕੋਈ ਦੁਸ਼ਮਣ ਨਹੀਂ ਹੋ ਸਕਦਾ, ਉਹ ਦੁਸ਼ਮਣ ਬਣੋਗੇ ਚੱਕੇ ਜਾਓਗੇ, ਸਮਝ ਰਹੇ ਆ? ਮੰਗੋਗੇ, ਢੂੰਡੂਗੇ ਤੇ ਖਟਖਟਾਓਗੇ ਤੇ ਕੀ ਹੋਊਗਾ? ਬਟ ਮੈਂ ਸੀਕ ਨਹੀਂ ਨਾ ਕਰ ਰਿਹਾ। ਕਹਿੰਦਾ ਇੱਕ ਇੱਕ ਵਰਸ ਆ ਬਾਈਬਲ ਦੇ ਵਿੱਚ, ਸਾਮਸ ਵਿੱਚ, ਕਹਿੰਦਾ ਸੀਕ ਮਾਈ ਫੇਸ, ਸੀਕ ਮਾਈ ਫੇਸ, ਉਹਦੇ ਫੇਸ ਨੂੰ ਸੀਕ ਕਰਨਾ। ਸੀਕ ਸਮਝਦੇ? ਲੱਭਣਾ। ਕਿੱਦਾਂ ਲੱਭੀਦਾ? ਚਲੋ ਦੱਸੋ, ਦੇਖਦੇ ਕਿੱਦਾਂ ਕਿੰਨਾ ਕੁ ਲੱਭਦੇ ਆ ਤੁਸੀਂ, ਕਿੱਦਾਂ ਲੱਭਦੇ ਆ? ਹਾਂਜੀ ਬੋਲੋ, ਕਿੱਦਾਂ ਲੱਭਦੇ ਆ? ਪ੍ਰੈਜੈਂਸ ਜਾ ਕੇ, ਪ੍ਰੈਜੈਂਸ 'ਚ ਕਿੱਦਾਂ ਜਾਂਦੇ ਆ? ਹਾਂਜੀ ਪ੍ਰੇਅਰ ਟਾਈਮ, ਅੱਛਾ ਹਾਂਜੀ, ਵਚਨ ਨੂੰ ਪੜ੍ਹ ਕੇ, ਹੋਰ ਟਾਈਮ ਸਪੈਂਡ ਕਰਕੇ ਵਚਨ ਨੂੰ ਪੜ੍ਹ ਕੇ, ਹੋਰ ਹਾਂਜੀ ਉੱਚੀ ਬੋਲੋ, ਆਰਾਧਨਾ ਕਰਕੇ। ਹਾਂਜੀ ਸ਼ੋਰਟ ਵਰਡ, ਸ਼ੋਰਟ। ਮੈਂ ਫਿਰ ਤੁਹਾਨੂੰ ਵਾਪਸ ਉੱਥੇ ਲਿਜਾਣਾ, ਅਗਰ ਵਚਨ ਜ਼ੀਰੋ ਹੈ ਨਾ, ਲਾਈਫ 100 ਤੋਂ 0 ਤੇ ਆ ਜਾਣੀ। ਇੱਕੋ ਚੀਜ਼ ਤੋਂ ਸ਼ੈਤਾਨ ਡਰਦਾ, ਉਹ ਕੀ ਹੈ? ਵਚਨ। ਉਹ ਤੁਹਾਡੇ ਤੋਂ ਨਹੀਂ ਡਰਦਾ। ਅੱਜ ਮੈਂ ਡੰਬਲ ਲਾਏ, ਅੱਜ ਮੈਂ ਕਪੈਸਿਟੀ ਤੋੜਦੀ 100 ਕਿਲੋ, ਹੈਂ ਕੁਇੰਟਲ ਚੱਕ ਕੇ ਆਇਆ ਅੱਜ ਮੈਂ, ਸਕੁਐਡ ਲਾਈ ਆ। ਲਿਸਨ, ਕੋਈ ਫਾਇਦਾ ਨਹੀਂ ਹੋਣਾ ਉਹਦਾ ਅਗਰ ਵਚਨ ਨਹੀਂ ਹੈ, ਸਮਝ ਰਹੇ? ਵਚਨ ਉਹ ਸਾਡੇ ਲਈ ਰੋਟੀ ਹੈ ਜਿਹੜੀ ਪ੍ਰੋਟੀਨ ਤੋਂ ਵੀ ਵੱਧ ਕੇ ਕੰਮ ਕਰਦੀ ਹੈ। ਬਾਹਰੋਂ ਤੁਸੀਂ ਸੁੱਕੇ ਹੋਵੋ, ਪਰ ਅਗਰ ਸਪਿਰਿਟ 'ਚ ਵਚਨ ਹੈ, ਯੂ ਵਿਲ ਬੀ ਲਾਈਕ ਅ ਜਾਇੰਟ। ਦਾਊਦ ਸਮਝ ਗਿਆ ਸੀ, ਮੈਂ ਲਾਸਟ ਸੰਡੇ ਵੀ ਸ਼ੇਅਰ ਕਰ ਰਿਹਾ ਸੀ, ਕਹਿੰਦਾ ਮੈਂ ਤੇਰੇ ਕੋਲ ਜਿਉਂਦੇ ਯਹੋਵਾ ਦੇ ਨਾਮ 'ਚ ਆਉਣਾ, ਅਤੇ ਉਹਨੇ ਨਿੱਕੀ ਜਿਹੀ ਢਿਮਰੀ ਜਿਹੀ ਮਾਰੀ ਤਾਂ ਸਿਰ ਪਾੜ ਗਿਆ, ਇਜ਼ ਡਾਈਡ ਰਾਈਟ ਦੇਅਰ। ਹੈਂ ਮੈਂ ਜਿੰਮ ਲਾਈ, ਮੈਂ ਉਹਦੇ 20 ਮੁੱਕੇ ਮਾਰੇ, 10 ਉਤੋਂ ਵੀ ਖਾਧੇ, ਉਹ ਵੀ ਬੇਹੋਸ਼, ਅਤੇ ਮੈਂ ਵੀ ਬੇਹੋਸ਼, ਨਾ ਉਹ ਮਰਿਆ ਅਤੇ ਨਾ ਹੀ ਮੈਂ ਮਰਿਆ। ਹੈਂ ਅਗਰ ਵਚਨ ਨਹੀਂ ਹੈ ਨਾ, ਆਦਮੋਏ ਹੋਇਆ ਨਾ ਤੁਸੀਂ, ਤੁਹਾਨੂੰ ਦੱਸ ਰਿਹਾ ਸੀ ਨਾ, ਉਸ ਮੈਨ ਆਫ ਗੋਡ ਦੀ ਲਾਈਫ 'ਚ ਵਚਨ ਨਹੀਂ, ਉਹਨੂੰ ਲੱਗਾ ਕਿ ਮੈਂ ਬੁੱਕਸ ਪੜ੍ਹ ਪੜ੍ਹ ਕੇ ਪ੍ਰੀਚ ਕਰੂੰਗਾ। ਅਗਰ ਤੁਹਾਡੀ ਲਾਈਫ 'ਚ ਵਚਨ ਨਹੀਂ ਆ, ਚੱਕੇ ਜਾਣਾ ਤੁਸੀਂ। ਸਭ ਤੋਂ ਬੈਸਟ, ਸਭ ਤੋਂ ਵੱਧ ਚੀਜ਼ ਦੀ ਲੋੜ ਕੀ? ਉਹਦੀ ਪ੍ਰੈਜੈਂਸ ਦੀ, ਐਂਡ ਉਹਦੀ ਪ੍ਰੈਜੈਂਸ ਬਾਰੇ ਜਾਣਨਾ ਆ, ਹੋਲੀ ਸਪਿਰਿਟ ਬਾਰੇ ਜਾਣਨਾ। ਗੋ ਟੂ ਦ ਵਰਡ ਆਫ ਗੋਡ, ਉਹ 'ਚ ਵੜ ਜਾਓ, ਲੱਭੋ ਉਹਨੂੰ, ਲੱਭ ਪੂਗਾ ਤੁਹਾਨੂੰ। ਬਹਾਨਾ ਆ, ਮੈਂ ਤੁਹਾਨੂੰ ਵਚਨ ਪੜ੍ਹਨਾ ਹੀ, ਮੈਨੂੰ ਬਾਈਬਲ ਅਨਪੜ੍ਹ ਆ, ਮੈਨੂੰ ਨਹੀਂ ਪੜ੍ਹਨੀ ਆਉਂਦੀ। ਕੋਈ ਗੱਲ ਨਹੀਂ, ਜੇ ਤੁਸੀਂ ਅਨਪੜ੍ਹ ਆ, ਆਡੀਓ ਬੁੱਕਸ ਪਈਆਂ ਯੂਟਿਊਬ ਦੇ ਉੱਤੇ, ਆਡੀਓ ਸੁਣੋ। ਜਿੱਥੇ ਚਾਹ ਉੱਥੇ ਟਿਮ ਲੱਭਦੇ, ਚਾਹ ਕਿੱਥੇ ਆ? ਟਿਮ ਹੋਡਨਸ, ਚਾਹ ਉਹ 2 ਕਿਲੋਮੀਟਰ 'ਤੇ, ਚਲੋ ਚਲੀਏ, ਬੰਦ ਨਿਕਲਿਆ, ਉਹ 2 ਹੋਰ ਚੱਲ ਜਾਣੇ ਗਾਂਹ, ਕੋਈ ਗੱਲ ਨਹੀਂ। ਜਿੱਥੇ ਚਾਹ ਉੱਥੇ, ਪਰ ਉਹ ਚਾਹ ਦੀ ਗੱਲ ਨਹੀਂ ਮੈਂ ਕਰਨ ਦਿਆਂ, ਸਟੀਪ ਟੀ, ਚਾਹ ਟੀ, ਟ੍ਰਿਪਲ ਟ੍ਰਿਪਲ, ਹੈਂ, ਦੈਟਸ ਨੋਟ ਵਾਟ ਆਮ ਟਾਕਿੰਗ ਅਬਾਊਟ। ਚਾਹ ਦਿਲ 'ਚ, ਚਿੱਚੇ ਨੂੰ ਕੰਨਾ ਐੜਾ, ਚਿੱਚੇ ਨੂੰ ਕੰਨਾ ਹਾਹਾ ਨਹੀਂ, ਚਾਹ ਨਹੀਂ, ਚਾਹ, ਸਮਝ ਰਹੇ? ਜਦੋਂ ਚਾਹ ਦੇ ਵਿੱਚ ਮਿੱਠਾ ਘੱਟ ਹੋਵੇ, ਸਵਾਦ ਨਹੀਂ ਲੱਗਦੀ ਤੁਹਾਡੀ ਜ਼ਿੰਦਗੀ 'ਚ, ਫਿੱਕਾ ਪੈਣ ਹੈ ਨਾ, ਵਚਨ ਪੜ੍ਹਨਾ, ਸਵਾਦ, ਵਚਨ ਪੜ੍ਹਨਾ ਸ਼ੁਰੂ ਕਰ ਦਿਓ, ਸਵਾਦ ਆ ਜਾਊਗਾ ਲਾਈਫ ਦੇ ਵਿੱਚ, ਸਮਝ ਰਹੇ? ਕਿਹੜੀ ਚੀਜ਼ ਦੀ ਕਮੀ ਹੈ ਵਚਨ 'ਚ ਪੂਰੀ ਹੋਏ ਨਹੀਂ, ਸਮਝ ਰਹੇ ਹਾਂ? ਮੰਗੂਗੇ
ਮਿਲ ਜੂਗਾ, ਖਟਖਟਾਉਂਗੇ ਢੂੰਡੂਗੇ ਲੱਭਣਾ ਆ, ਪ੍ਰੇਅਰ 'ਚ ਬਹਿਣਾ, ਲੋਰਡ ਮੈਂ ਤੈਨੂੰ ਲੱਭਦਾ, ਆਈ ਸੀਕ ਯੂ, ਮੈਂ ਤੈਨੂੰ ਲੱਭ ਰਿਹਾ, ਮੈਂ ਚਾਹੁੰਦਾ ਤੂੰ ਮੈਨੂੰ ਮਿਲੇ, ਸਮਝ ਰਹੇ? ਇੱਕ ਹੋਲ ਓਵਰ ਮੇ ਨਾ ਵਚਨ ਕੁਇਕਲੀ, ਚਲੋ ਬੁੱਕ ਆਫ ਸਾਮਸ ਚੈਪਟਰ 119 ਵਰਸ 105, ਜਬੂਰ 119 ਉਹਦਾ 105 ਆਇਤ ਨੰਬਰ, 119 ਦੇ ਆਏ 105 ਨੰਬਰ ਆਇਤ, ਦੁਬਾਰਾ ਨਾ ਸੋਚ, ਦੁਬਾਰਾ ਪੜਿਓ, ਤਿੰਨ ਵਾਰੀ ਪੜ੍ਹ ਦਿਓ। ਇੱਕ ਤੁਹਾਨੂੰ ਚੀਜ਼ ਦੱਸਦਾ, ਆਪਾਂ ਸੌਂਗ ਆ ਰਹੇ ਨਾ, ਮੈਨੇ ਜਾਣ ਲਿਆ ਕਿ ਮੈਂ ਤੇਰੇ ਬਿਨਾ ਸੁਰਕਸ਼ਿਤ ਨਹੀਂ ਹੈ ਖੁਦਾ। ਤੁਹਾਨੂੰ ਚੀਜ਼ ਦੱਸਦਾ, ਦਵਾਈਆਂ ਵੀ ਨਹੀਂ ਕੰਮ ਕਰਦੀਆਂ ਜਦੋਂ ਪਰਮੇਸ਼ਰ ਨਾ ਚਾਹੇ। ਮੈਨੂੰ ਯਾਦ ਆ ਮੇਰੇ ਡੈਡੀ ਨੂੰ ਜਦੋਂ ਬਿਮਾਰ ਸੀਗੇ, ਉਹਨਾਂ ਨੂੰ ਇੱਕ 3000 ਦੀਆਂ ਦੋ ਗੋਲੀਆਂ ਆਉਂਦੀਆਂ ਸੀਗੀਆਂ, ਉਹ ਦਿਹਾੜੀ 'ਚ ਦੋਨੇ ਖਾਣੀਆਂ ਪੈਂਦੀਆਂ ਸੀ, 3000 ਦੀਆਂ ਇੰਡੀਅਨ ਰੁਪੀਸ, 3000 ਰੁਪੀਸ ਜਸਟ 2 ਟੈਬਲੇਟਸ, ਇੱਕ ਸਵੇਰੇ ਇੱਕ ਸ਼ਾਮੀ, ਖਤਮ। ਉਹ ਵੀ ਨਹੀਂ ਸੀ ਅਸਰ ਕਰਦੀਆਂ ਜਦੋਂ ਖੁਦਾ ਬਾਰੇ ਜਾਣਿਆ। ਲਾਈਟ, ਤੁਹਾਨੂੰ ਪਤਾ ਉਹਨਾਂ ਦੀ ਜਿਹੜੀ ਡੋਜ਼ ਸੀਗੀ, ਜਦੋਂ ਇੱਕ ਮੱਝ ਨੂੰ ਧਾਰ ਚੋਈਦੀ ਨਾ, ਉਹਦੀ ਉਹਨੂੰ ਇੱਕ ਇੰਜੈਕਸ਼ਨ ਦੇਈਦਾ, ਉਹ ਬਹੁਤ ਸਟਰੋਂਗ ਹੁੰਦਾ, ਉਸ ਡੋਜ਼ ਦੇ ਉਹਨਾਂ ਨੂੰ ਇੰਜੈਕਸ਼ਨ ਲੱਗਦੇ ਸੀ, ਫਿਰ ਜਾ ਕੇ ਅਸਰ ਕਰਦੇ ਸੀ ਉਹ, ਕਿਉਂਕਿ ਉਹ ਟੋਲਰੈਂਸ ਬੋਡੀ ਦੀ ਉਹਨਾਂ ਉਸ ਲੈਵਲ ਤੱਕ ਚਲ ਗਈ। ਜਿੰਨੀ ਮਰਜ਼ੀ ਤੁਹਾਡੀ ਟੋਲਰੈਂਸ ਹੋਵੇ ਬਿਮਾਰੀ ਦੀ, ਤੁਹਾਡੀਆਂ ਵੀਕਨੈਸਿਸ ਦੀ, ਤੁਹਾਡੇ ਇਮੋਸ਼ਨਸ ਦੀ, ਜਿਹੜੇ ਕੰਟਰੋਲ ਨਹੀਂ ਹੁੰਦੇ, ਵਚਨ ਜਦੋਂ ਆਊਗਾ ਨਾ, ਉਹਨੇ ਸਾਰਾ ਕੁਝ ਸਟੇਬਲ ਕਰ ਦੇਣਾ। ਇੱਕ ਇਨਸਾਨ ਕਿਉਂ ਭਟਕ ਰਿਹਾ? ਬਿਕੋਜ਼ ਉਹਦੀ ਲਾਈਫ 'ਚ ਵਚਨ ਹੀ ਨਹੀਂ ਹੈ, ਉਹਨੂੰ ਪਰਮੇਸ਼ਰ ਦੀ ਗਾਈਡੈਂਸ ਨਹੀਂ ਹੈ ਉਹਦੇ ਕੋਲ। ਹੀ ਔਰ ਸ਼ੀ ਇਜ਼ ਲੁਕਿੰਗ ਫੋਰ ਦਾ ਗਾਈਡੈਂਸ ਕਿ ਪਰਮੇਸ਼ਰ ਮੈਨੂੰ ਦੱਸ ਵਾਟ ਸ਼ੁਡ ਆਈ ਡੂ, ਪਰ ਪੁੱਛ ਵੀ ਨਹੀਂ ਰਹੇ ਨਾ। ਤੇਰਾ ਵਚਨ ਮੇਰੇ ਰਾਹਾਂ ਦੇ ਲਈ ਦੀਪਕ ਹੈ ਤੇ ਮੇਰੇ ਪੈਰਾਂ ਦੇ ਲਈ ਲੈਂਪ। ਦੱਸ ਰਿਹਾ ਨਾ ਉਦੋਂ ਮੈਂ ਲੈਂਪ ਮੇਰੇ ਪੈਰਾਂ ਦੇ ਲਈ ਤੇ ਰਾਹਾਂ ਦੇ ਲਈ ਰੋਸ਼ਨੀ ਹੈ। ਹਨੇਰਾ ਆ, ਕੁਛ ਨਹੀਂ ਦੇਖ ਰਿਹਾ ਅੱਗੇ। ਹੁਣ ਅਬਰਾਮ ਨੂੰ ਵੀ ਨਹੀਂ ਦੇਖਦਾ ਸੀ, ਉਹਨੇ ਕਿਹਾ ਤੂੰ ਕਹਿਤਾ ਤੇ ਸਮਝ ਗਿਆ, ਬਸ ਡਨ ਹੈ, ਚੱਲਾਂਗੇ ਆਪਾਂ ਜਿੱਥੇ ਤੂੰ ਕਹੂੰਗਾ ਚੱਲਾਂਗੇ। ਕਾਹਦੀ ਲੋੜ ਹੈ ਲਾਈਫ 'ਚ? ਵਚਨ ਦੀ, ਹੋਲੀ ਸਪਿਰਿਟ ਦੀ, ਇਹਦੀ। ਹੋਰ ਸੁਸਤੀ ਨਹੀਂ ਪਾਣੀ, ਗੱਜ ਕੇ ਬੋਲਣਾ, ਠੀਕ ਹੈ? ਕਾਹਦੀ ਲੋੜ ਹੈ ਲਾਈਫ 'ਚ? ਹਾਂਜੀ ਤੁਸੀਂ ਸਾਰਿਆਂ ਨੇ ਜਵਾਬ, ਹਾਂਜੀ ਤੁਸੀਂ ਬੋਲੋ। ਹੋਰ ਤੇ ਮੇਰਾ ਹੋਰ ਕਾਹਤੋਂ ਘੁਮਾਨੇ ਮੈਨੂੰ, ਦੇਖੋ ਵਾਰੀ ਕਹਿ ਦਿਓ ਸਾਰਾ, ਕਾਹਦੀ ਲੋੜ ਆ? ਜ਼ੋਰ ਨਾ, ਹੋਰ ਯਾਰ ਦਬਕੇ ਨਾ ਮਾਰੋ, ਇੱਦਾਂ ਇੱਕੋ ਵਾਰੀ ਕਹੋ। ਹਾਂ ਰਾਈਡ ਔਨ ਬ੍ਰਦਰ, ਕੀ ਨਾਮ ਤੁਹਾਡਾ? ਵਸੀ ਨੇਮ, ਤੁਸੀਂ ਕੈਮਰਾ ਇੱਧਰ ਰੱਖਿਓ। ਕੀ ਨਾਮ ਤੁਹਾਡਾ? ਸੌਰਵ। ਪਹਿਲੀ ਵਾਰੀ ਚਰਚ ਆਏ ਆ? ਓਕੇ, ਕਿੱਦਾਂ ਲੱਗ ਰਿਹਾ? ਹਾਂਜੀ ਨਾਇਗਰਾ ਤੋਂ ਆਏ ਤੁਸੀਂ? ਤੁਸੀਂ ਇੱਥੇ ਰਹਿੰਦੇ? ਇੱਕੋ ਹੀ ਸੋਲਿਊਸ਼ਨ, ਉਹਦੀ ਪ੍ਰੈਜੈਂਸ ਜਾਣਾ ਤੇ ਵਚਨ ਨੂੰ ਪੜ੍ਹਨਾ। ਡੋਂਟ ਮਿਸ ਇਟ, ਰੀਡ ਇਟ ਐਵਰੀ ਡੇ। ਕਹਿੰਦਾ ਅੱਜ ਰੋਜ਼ ਦੀ ਰੋਟੀ ਸਾਨੂੰ, ਰੋਜ਼ ਦੀ ਰੋਟੀ ਸਾਨੂੰ, ਕੱਲ ਦੀ ਰੋਟੀ ਨੇ ਅੱਜ ਕੰਮ ਨਹੀਂ ਕਰਨਾ। ਕਹਿੰਦੇ ਫਾਸਟਿੰਗ ਰੱਖਣੀ, ਫਾਸਟਿੰਗ ਸੂਰਜ ਚੜ੍ਹਨ ਤੋਂ ਪਹਿਲਾਂ, ਜੋ ਬ੍ਰੈਡ ਸੈਂਡਵਿਚ, ਜੋ ਕੈਚਅਪ ਦੇ ਪਕੌੜੇ ਭਰ ਭਰ ਕੇ, ਰਸਗੁੱਲੇ, ਟਮਾਟਰ, ਹੈ ਲੱਡੂ, ਮੋਤੀ ਚੂਰ ਵਾਲੇ, ਢਿੱਡ ਫੁੱਲ, ਫਾਸਟਿੰਗ ਤੇ ਆਪੇ ਹੋਣੀ ਸਾਰੀ ਦਿਹਾੜੀ, ਸਮਝ ਰਹੇ ਆ? ਢਿੱਡ ਪੂਰਾ ਸ਼ੇਪ 'ਚ ਹੈ, ਭੁੱਖ ਤਾਂ ਲੱਗਣੀ ਨਹੀਂ, ਜਿਹੜੀ ਮਾੜੀ ਮੋਟੀ ਲੱਗਦੀ ਪਾਣੀ ਪੀ ਕੇ ਫਾਸਟਿੰਗ ਕੱਢ ਲਈ, ਹੈਂ ਸੂਰਜ ਛਿਪ ਕੇ ਹੁਣ ਖਤਮ ਕਰਦੀ ਹੈ। ਲਿਸਨ, ਫਾਸਟਿੰਗ ਮੀਨਸ ਸੈਕਰੀਫਾਈਸ, ਉਹ ਸੈਕਰੀਫਾਈਸ ਉਸ ਚੀਜ਼ ਦਾ ਜਿਸ ਤੋਂ ਬਗੈਰ ਤੁਸੀਂ ਰਹਿ ਨਹੀਂ ਸਕਦੇ। ਰੋਟੀ ਤੋਂ ਬਗੈਰ ਕੋਈ ਇਨਸਾਨ ਹੀ ਰਹਿੰਦਾ, ਇਸੇ ਕਰਕੇ ਰੋਟੀ ਦੀ ਰੱਖਦੇ ਆਪਾਂ, ਸਮਝ ਰਹੇ ਹਾਂ? ਵਟ ਡੂ ਵੀ ਨੀਡ ਟੂਡੇ? ਦ ਪ੍ਰੈਜੈਂਸ ਆਫ ਹੋਲੀ ਸਪਿਰਿਟ ਐਂਡ ਦ ਵਰਡ ਆਫ ਗੋਡ, ਵਰਡ ਜੋ ਉਹਦੇ ਵਿੱਚ ਨਿਕਲੋਣਾ। ਕਿਸੇ ਨੇ ਕਈ ਵਾਰ ਆਪਾਂ ਸੋਚਦੇ ਮੈਨ ਆਫ ਪ੍ਰੇਅਰ ਇਜ਼ ਦ ਮੈਨ ਆਫ ਵਰਡ ਆਫ ਗੋਡ, ਨੋ ਇਟਸ ਓਪੋਜ਼ਿਟ, ਦ ਮੈਨ ਆਫ ਦ ਵਰਡ ਆਫ ਗੋਡ ਇਜ਼ ਦ ਮੈਨ ਆਫ ਪ੍ਰੇਅਰ। ਪੰਜਾਬੀ 'ਚ ਦੱਸਦਾ, ਅਗਰ ਇੱਕ ਪ੍ਰਾਰਥਨਾ ਕਰਨ ਵਾਲਾ ਉਹ ਵਚਨ ਪੜ੍ਹਨ ਵਾਲਾ, ਨੋ ਜਿਹੜਾ ਵਚਨ ਪੜ੍ਹਨ ਵਾਲਾ ਉਹ ਪ੍ਰਾਰਥਨਾ ਕਰਨ ਵਾਲਾ ਪਰਸਨ ਹੈ। ਵਚਨ 'ਚ ਜਾਓਗੇ ਪ੍ਰਾਰਥਨਾ 'ਚ ਵੀ ਵਧੂਗੇ, ਜ਼ੋਰ ਲਾਉਣ ਦੀ ਲੋੜ ਨਹੀਂ ਪਊਗੀ ਫਿਰ, ਹੈਂ? ਕਿਸੇ ਦਿਨ ਤੁਹਾਡਾ ਦਿਲ ਹੀ ਨਾ ਕਰਦਾ ਪ੍ਰੇਅਰ ਕਰਨ ਨੂੰ, 2 ਘੰਟੇ ਬਾਈਬਲ ਪੜ੍ਹੀ ਜਾਓ। ਮੈਂ ਤੁਹਾਨੂੰ ਕਹਿ ਰਿਹਾ ਹੌਲੀ ਹੌਲੀ ਮਾਇੰਡ ਸੈੱਟ ਬਦਲਣ ਲੱਗ ਪੈਣਾ, ਪਰ ਕਰੀਏ ਪ੍ਰੇਅਰ, ਬਹਿ ਜਾਈਏ ਉੱਥੇ ਹੀ ਗੁੜ ਨੇ ਟੇਕ ਲੈਣੇ ਤੁਸੀਂ, ਸਮਝ ਰਹੇ? ਇਹ ਮੇਰੀ ਲਾਈਫ ਦਾ ਐਕਸਪੀਰੀਅੰਸ ਆ। ਅਗਰ ਕਿਸੇ ਇਨਸਾਨ ਨੇ ਬੁੱਧਵਾਨ ਬਣਨਾ, ਪ੍ਰੋਵਰਬਸ ਪੜ੍ਹੋ। ਤੁਹਾਨੂੰ ਪਤਾ ਪ੍ਰੋਵਰਬਸ ਕਿੰਨੀਆਂ ਆ, ਕਿੰਨੇ ਚੈਪਟਰ ਆ, ਕਿੰਨੇ ਆ, ਮਹੀਨੇ 'ਚ ਕਿੰਨੇ ਦਿਨ ਹੁੰਦੇ ਆ?
ਤੁਹਾਡੇ ਕੋਲ ਇੱਕ ਚੈਪਟਰ ਆ ਹਰ ਦਿਨ ਦੇ ਲਈ, ਤੁਹਾਡੇ ਕੋਲ ਇੱਕ ਚੈਪਟਰ ਆ ਹਰ ਦਿਨ ਦੇ ਲਈ ਵਿਜ਼ਡਮ ਦੇ ਵਿੱਚ ਗਰੋ ਕਰਨ ਦੇ ਲਈ, ਵਿਜ਼ਡਮ ਦੇ ਵਿੱਚ ਧੋਖੇ 'ਚ ਪਿੱਛੇ ਆਉਣ ਦੇ ਲਈ, ਚੋਰੀ 'ਚੋਂ ਪਿੱਛੇ ਆਉਣ ਦੇ ਲਈ, ਝੂਠ 'ਚੋਂ ਪਿੱਛੇ ਆਉਣ ਦੇ ਲਈ, ਸਮਝ ਰਹੇ ਹਾਂ? ਜੋ ਮਰਜ਼ੀ ਹੋ ਜਾਏ, ਰੋਟੀ ਤੋਂ ਬਗੈਰ ਨਹੀਂ ਰਹਿੰਦੇ, ਵਚਨ ਤੋਂ ਬਗੈਰ ਵੀ ਨਾ ਰਹੋ ਅੱਜ ਤੋਂ ਬਾਅਦ। ਇਫ ਯੂ ਮਿਸ ਇਟ, ਫਿਰ ਰੋਂਦੇ ਰੋਂਦੇ ਨਾ ਪ੍ਰੇਅਰ ਕਰ ਦਿਓ, ਪ੍ਰੇਅਰ ਕਰ ਦਿਓ, ਕਰਾਂਗੇ ਪ੍ਰੇਅਰ, ਨੋ ਪ੍ਰੋਬਲਮ, ਕਰਾਂਗੇ ਪ੍ਰੇਅਰ, ਨੋ ਪ੍ਰੋਬਲਮ। ਪਰ ਜੇ ਖੁਦ ਫਸੇ ਹਾਂ, ਨਾ ਕਰਕੇ ਫਸੇ ਹਾਂ, ਤਾਂ ਮੈਂ ਤੁਹਾਨੂੰ ਹੁਣੇ ਦੱਸ ਰਿਹਾ, ਤੁਹਾਡਾ ਕੰਮ ਹੈ, ਤੁਹਾਡੀ ਅਸਾਈਨਮੈਂਟ ਹੈ, ਐਵਰੀ ਡੇ ਬਾਈਬਲ ਰੀਡਿੰਗ ਅਤੇ ਵਚਨ ਅਤੇ ਪ੍ਰੇਅਰ ਤੁਹਾਡੀ ਲਾਈਫ 'ਚ ਹੋਣੀ ਚਾਹੀਦੀ ਆ। ਸਮਝ ਪਾ ਰਹੇ? ਸਮਝ ਪਾ ਰਹੇ? ਮੈਂ ਦੱਸ ਰਿਹਾ ਨਾ, ਉਹਦੀ ਆਉਣ ਦੀ ਆਵਾਜ਼ ਤਾਂ ਆਉਂਦੀ ਹੈ, ਜਾਣ ਦੀ ਆਵਾਜ਼ ਨਹੀਂ ਆਉਂਦੀ। ਆਈ ਨੋ ਹੀ ਡੋਂਟ ਲੀਵ ਅਸ, ਇਹ ਗੱਲ ਪਤਾ ਮੈਨੂੰ, ਕਦੀ ਨਹੀਂ ਸਾਨੂੰ ਛੱਡਦਾ, ਪਰ ਇਹ ਗੱਲ ਯਾਦ ਰੱਖਿਓ, ਪਰ ਇਹ ਗੱਲ ਯਾਦ ਰੱਖਿਓ, ਉਹ ਨਾਰਾਜ਼ ਹੋ ਜਾਂਦਾ, ਉਹ ਨਾਰਾਜ਼ ਹੋ ਜਾਂਦਾ। ਸਾਰਾ ਜੱਗ ਪਾਵੇਂ, ਅੱਗੇ ਕਿਦਾਂ, ਮੈਨੂੰ ਛੱਡ ਜਾਵੇ, ਮੈਂ ਪੱਲਾ ਤੇਰਾ ਨਹੀਂ ਉਹ ਛੱਡਣਾ। ਦੇਖੋ, ਸਾਰਾ ਕੁਛ ਲੀਵ ਬਿਹਾਈਂਡ, ਫੜ ਲਓ ਉਹਦੇ ਪੱਲੇ ਨੂੰ, ਘੁੱਟ ਕੇ ਫੜਿਓ। ਜਿਹੜੇ ਮੇਰਾ ਪਿੱਛੇ ਚੱਲਦਾ, ਹਲ ਤੇ ਹੱਥ ਰੱਖ ਕੇ ਪਿੱਛੇ ਨਾ ਦੇਖੀ, ਤਿਲਕ ਗਿਆ ਨਾ ਪੈਰ ਵਿੱਚ, ਆਇਆ ਨਾ ਹਲ ਦੇ ਵੱਢਿਆ ਜਾਣਾ, ਕ੍ਰੋਸ ਚੱਕ ਡੇਲੀ। ਉਹਨੇ ਇਹ ਨਹੀਂ ਕਿਹਾ ਸੁਖੀ ਜ਼ਿੰਦਗੀ ਜੀ, ਬਲੈਸ, ਵੈਰੀ ਨਾਈਸ, ਮੇਰੇ ਲਈ ਜੀਣਾ ਮਸੀਹ ਤੇ ਮਰਨਾ ਲਾਭ ਹੈ। ਜੀਣਾ ਮਸੀਹ ਮਤਲਬ, ਜੀਣਾ ਮੀਨਸ ਕ੍ਰੋਸ ਚੱਕਣੀ ਐਵਰੀ ਡੇ, ਐਵਰੀ ਡੇ ਇਹ ਕਹਿਣਾ, ਠੀਕ ਆ, ਆਈ ਨੋ ਮੈਂ ਪਰਮੇਸ਼ਰ ਚੱਲ ਰਿਹਾ, ਠੀਕ ਆ, ਦੁੱਖ ਆਣੇ ਆ, ਪਰ ਮੈਂ ਅੜਿਆ ਤੇ ਖੜਿਆ ਰਹੂੰਗਾ। ਭੁੱਖ ਨਹੀਂ ਮਰਨ ਦੇਣੀ, ਵਿਸ਼ਵਾਸ ਨਹੀਂ ਮਰਨ ਦੇਣਾ, ਪਿਆਰ ਨਹੀਂ ਮਰਨ ਦੇਣਾ ਕਦੀ ਵੀ ਲਾਈਫ 'ਚ, ਪਿਆਰ ਨਹੀਂ ਮਰਨ ਦੇਣਾ ਕਦੀ ਵੀ ਲਾਈਫ 'ਚ। ਸਮਝ ਰਹੇ ਹਾਂ? ਪ੍ਰੇਅਰ ਆਪਣੀ ਪ੍ਰੇਅਰ ਪੁਆਇੰਟ ਬਣਾ ਲਓ, ਪਰਮੇਸ਼ਰ ਆਪਣੇ ਹੋਲੀ ਸਪਿਰਿਟ ਨੂੰ ਮੈਂ ਤੋਂ ਅਲੱਗ ਨਾ ਕਰੀ। ਡੇਵਿਡ ਕਿਸੇ ਰੀਜ਼ਨ ਕਰਕੇ ਕਹਿ ਰਿਹਾ ਸੀ, ਮੇਰੇ ਬਾਰ ਬਾਰ ਮਨ 'ਚ ਆ ਰਿਹਾ ਸੀ ਸਵੇਰੇ, ਮੈਂ ਕਿਹਾ ਯਾਰ ਹੀ ਸੇਇੰਗ ਫੋਰ ਏ ਰੀਜ਼ਨ, ਉਹਨੂੰ ਪਤਾ ਹੀ ਅਗਰ ਪਰਮੇਸ਼ਰ ਨਹੀਂ ਨਾ ਮੇਰੇ ਨਾਲ, ਪਟਾਕਾ ਪੈਣਾ ਮੇਰਾ। ਇੱਕ ਲੜਾਈ ਲੜੀ, ਤੁਹਾਡੇ ਦੁਸ਼ਮਣ ਪਹਿਲਾਂ 100 ਸੀਗੇ, ਹੁਣ ਹੁਣ 1000 ਹੋ ਗਿਆ, ਇੱਕ ਲੜਾਈ ਲੜੀ, ਤੁਸੀਂ ਜਿੱਤੇ ਹੈ ਨਾ, ਹੁਣ 1000 ਦੁਸ਼ਮਣ ਹੋ ਗਿਆ ਤੁਹਾਡਾ। ਮੈਂ ਕਿਸੇ ਖੁਦਾ ਦਾਸ ਨੂੰ ਸੁਣ ਰਿਹਾ ਸੀ, ਕੱਲ੍ਹ ਗਏ ਸੀਗੇ, ਉਹਨਾਂ ਨੇ ਕਿਹਾ, ਕਹਿੰਦਾ ਜਦੋਂ ਤੁਸੀਂ ਮਿਨਿਸਟਰੀ 'ਚ ਐਂਟਰ ਕਰਦੇ ਆ, ਸਭ ਤੋਂ ਵੱਡਾ ਤੁਹਾਡਾ ਦੁਸ਼ਮਣ ਸ਼ੈਤਾਨ ਆਪਣੇ ਹਥਿਆਰ ਚੱਕ ਕੇ ਖੜ ਜਾਂਦਾ, ਫਿਰ ਉਹਨੂੰ ਪਤਾ ਲੱਗ ਗਿਆ ਤੁਸੀਂ ਮਿਨਿਸਟਰੀ 'ਚ ਆ ਗਏ ਆ, ਭਾਵੇਂ ਜਿੱਦਾਂ ਦੀ ਮਰਜ਼ੀ ਤੁਸੀਂ ਸੇਵਾ ਕਰਦੇ ਆ, ਅਟੈਕ ਪਤਾ ਕਿੱਥੇ ਹੋਣੇ, ਦਿਮਾਗ 'ਤੇ, ਪਤਾ ਹੋ ਨਹੀਂ ਲੱਗਣਾ ਅਟੈਕ। ਇਹ ਨਹੀਂ ਕਿ ਬਿਮਾਰ ਨਹੀਂ ਹੋਏ, ਮੈਂ ਬਿਮਾਰ, ਮੈਂ ਠੀਕ, ਮੈਂ ਤਾਂ ਅਟੈਕ ਨਹੀਂ ਕੋਈ, ਪਰਫੈਕਟ। ਮੈਂਟਲ ਅਟੈਕ ਹੋਣੇ, ਸ਼ਾਂਤੀ ਗਈ, ਆਨੰਦ ਗਿਆ, ਕਿਉਂਕਿ ਉਹਨੂੰ ਪਤਾ ਇਹ ਬੰਦੇ ਫਰੰਟ ਲਾਈਨ ਵਾਰੀਅਰ ਆ। ਕੋਵਿਡ 'ਚ ਕਹਿੰਦਾ ਸੀ ਨਾ ਫਰੰਟ ਲਾਈਨ ਵਾਰੀਅਰ, ਇਹ ਉਹ ਬੰਦੇ ਆ, ਉਹਨੇ ਕਹਿਣਾ ਚੱਕੋ ਪਹਿਲਾਂ ਇਹਨਾਂ ਨੂੰ, ਚੱਕੋ ਪਹਿਲਾਂ ਇਹਨਾਂ ਨੂੰ। ਸਮਝ ਰਹੇ ਹਾਂ? ਮੈਂ ਇੱਕ ਪੋਸਟ ਪੜ੍ਹ ਰਿਹਾ ਸੀ, ਕਹਿੰਦੇ ਅੱਜ ਤੋਂ 150 ਸਾਲ ਪਿੱਛੇ ਦੇਖ ਲਓ, ਤਾਂ ਕਹਿੰਦੇ ਜਿਹੜਾ ਇਨਸਾਨ ਸੀਗਾ ਪੂਰਾ ਜ਼ੋਰ ਲੈ ਮਿਹਨਤ ਕੀਤੀ, ਕਹਿੰਦਾ ਅੱਜ ਉਹਨੂੰ ਕੋਈ ਯਾਦ ਵੀ ਨਹੀਂ ਕਰਦਾ, ਉਹੀ ਇਨਸਾਨ ਯਾਦ ਕੀਤਾ ਜਾਂਦਾ ਜਿਹੜਾ ਪਰਮੇਸ਼ਰ 'ਚ ਖੜਿਆ ਰਹਿੰਦਾ ਅਤੇ ਕੋਈ ਇੰਪੈਕਟ ਕ੍ਰੀਏਟ ਕਰਦਾ। ਬਾਈਬਲ ਸਾਰੀ ਉਹਨਾਂ ਲੋਕਾਂ ਨਾਲ ਭਰੀ ਆ ਜਿਹੜੇ ਸਾਲਾਂ ਸਦੀਆਂ ਪੁਰਾਣੀਆਂ, ਉਹਨਾਂ ਨੇ ਕੁਛ ਇੱਦਾਂ ਦਾ ਕੀਤਾ ਜਿਹਨੇ ਨਾ ਹੀ ਕਿਸੇ ਦੀ ਜਾਨ ਬਚਾਈ, ਰੱਬ ਦੇ ਨਾਲ ਜੋੜਿਆ। ਪਰਮੇਸ਼ਰ ਤੁਹਾਡੇ ਤੋਂ ਖੁਸ਼ ਉਦਣ ਹੁੰਦਾ ਜਦੋਂ ਤੁਸੀਂ ਤਾਂ ਸੋਲਜ਼ ਨੂੰ ਸੇਵ ਕਰਦੇ ਹੋ, ਨਾ ਜੋੜਦੇ, ਉਹ ਖੁਸ਼ ਹੈ ਹੁਣ, ਫਿਰ ਉਹ ਖੁਸ਼ ਹੈ ਹੁਣ, ਸਮਝ ਰਹੇ ਹਾਂ? ਪਰ ਮੈਂ ਹੀ ਸੰਡੇ ਲੇਟ ਉੱਠਣ ਦਿਆਂ, ਰਜਾਈ 'ਚੋਂ ਨਿਕਲ ਨਹੀਂ ਦਿਆਂ, ਮੈਂ ਕਿਸੇ ਨੂੰ ਕੀ ਇਨਵਾਈਟ ਕਰਨਾ? ਇਮੈਜਿਨ ਕਰੋ ਤੁਸੀਂ ਕਿਸੇ ਨੂੰ ਪਿੱਕ ਕਰਨਾ, ਜਿੱਦਾਂ ਠੀਕ ਹੈ ਬ੍ਰਦਰ ਵਿਰਾਟ ਨੇ ਉਹਨਾਂ ਪਿੱਕ ਕਰਕੇ ਲਿਆਂਦਾ ਨਾਲ ਆਏ, ਤੁਹਾਨੂੰ ਪਤਾ ਤੁਸੀਂ ਕਿਸੇ ਨੂੰ ਚੱਕਣਾ? ਵੇਕ ਅਪ ਅਰਲੀ, ਗੇਟ ਅਪ ਅਰਲੀ, ਚੱਕੋ ਫੋਨ, ਸਵੇਰ ਤੋਂ ਲੱਗ ਜਾਓ ਫੋਨ ਕਰਨਾ, ਸਮਝ ਰਹੇ ਹਾਂ?
ਤੁਸੀਂ ਇੰਪੈਕਟ ਕ੍ਰੀਏਟ ਕਰਦੇ ਆ, ਤੁਹਾਡੇ ਕਰਕੇ ਕਿਸੇ ਤੇ ਇੰਪੈਕਟ ਕ੍ਰੀਏਟ ਹੋ, ਮਾੜਾ ਨਹੀਂ ਚੰਗਾ, ਚੰਗਾ ਅਸਰ ਪੈਂਦਾ। ਸਮਝ ਰਹੇ ਆ? ਇਨਸਾਨ ਪਾਰਟੀਆਂ ਕਰ ਰਿਹਾ, ਗੁਆਚਿਆ ਪਿਆ, ਖੁਦਾ 'ਚ ਲੈ ਕੇ ਆਏ, ਉਹਨੂੰ ਸ਼ਾਂਤੀ ਆਈ, ਉਹਨੂੰ ਆਨੰਦ ਆਇਆ, ਉਹਨੂੰ ਪਤਾ ਲੱਗਿਆ ਕਿ ਯੈਸ ਪਰਮੇਸ਼ਰ ਇੱਦਾਂ ਕੰਮ ਕਰਦਾ, ਉਹ ਮੈਨੂੰ ਵੀ ਪਿਆਰ ਕਰਦਾ, ਮੈਨੂੰ ਉਹਨੇ ਛੱਡਿਆ ਨਹੀਂ, ਉਹ ਮੇਰੇ ਨਾਲ ਆ, ਮੈਨੂੰ ਉਹਨੇ ਛੱਡਿਆ ਨਹੀਂ, ਉਹ ਮੇਰੇ ਨਾਲ ਆ। ਸਮਝ ਪਾ ਰਹੇ? ਇਹ ਤੁਹਾਨੂੰ ਖੁਦ ਆਪਣਾ ਸਟੈਪ ਲੈਣਾ ਪੈਣਾ, ਐਂਡ ਉਹ ਤਾਂ ਹੀ ਲੈ ਹੋਣਾ ਅਗਰ ਮੇਰੀ ਲਾਈਫ 'ਚ ਉਹਦੀ ਪ੍ਰੈਜੈਂਸ ਹੈ, ਹੋਲੀ ਸਪਿਰਿਟ ਹੈ, ਮੈਂ ਉਹਨੂੰ ਸੁਣ ਪਾ ਰਿਹਾ। ਡੇਲੀ ਵੇਕ ਅਪ ਐਂਡ ਸੇ, ਪ੍ਰਭੂ ਜੀ ਅੱਜ ਕੀ ਅਸਾਈਨਮੈਂਟ ਆ? ਫਿਰ ਪ੍ਰਭੂ ਜੀ ਅੱਜ ਦੱਸੋ, ਫਿਰ ਤੁਹਾਨੂੰ ਦੱਸਾਂ, ਮੈਂ ਗੱਡੀ 'ਚ ਆਪਣੇ ਬਰੋਸ਼ਰ ਰੱਖੇ ਹੋਏ ਆ, ਕੁਐਸਚਨ ਆਨਸਰ। ਬਹੁਤ ਦੇਰ ਪਹਿਲਾਂ ਆਪਾਂ ਪੁਰਾਣੀ ਚਰਚ 'ਚ ਵੰਡੇ ਸੀ, ਕੁਐਸਚਨ ਲਿਖੇ ਸੀਗੇ ਨਾ ਉੱਤੇ, ਇਜ਼ ਦੇਰ ਐਨੀ ਪੀਸ ਬਿਫੋਰ ਰੈਸਟ ਇਨ ਪੀਸ? ਉਹ ਕਿੰਨੇ ਮੇਰੇ ਤੋਂ ਗੱਡੀ 'ਚ ਪਏ ਆ। ਜਦੋਂ ਮੈਨੂੰ ਪਤਾ ਲੱਗਦਾ ਕਿ ਇਹ ਬੰਦਾ ਸੁਣਨਾ ਚਾਹੁੰਦਾ, ਮੈਂ ਉਹਨੂੰ ਜ਼ਰੂਰ ਦਿੰਦਾ ਕੁਐਸਚਨ, ਜ਼ਰੂਰ ਉਹਦੀ ਲਾਈਫ 'ਚ ਲੀਵ ਕਰਦਾ ਕਿ ਹਾਂ ਵੀ ਯੈਸ, ਇਜ਼ ਦੇਰ ਐਨੀ ਪੀਸ ਬਿਫੋਰ ਰੈਸਟ ਇਨ ਪੀਸ? ਹੈਂ, ਆਰ ਆਈ ਪੀ, ਯੈਸ, ਇਜ਼ ਇਟ ਹੇਅਰ? ਇੱਥੇ ਮਿਲਦੀ ਹੈ ਕਿ ਨਹੀਂ? ਕਹਿੰਦੇ ਘਰ 'ਚ ਸਵਰਗ ਬਣ ਜਾਂਦਾ ਜਦੋਂ ਉਹਦੇ ਘਰ ਵਿੱਚ ਰਹਿਣ ਵਾਲੇ ਲੋਕ ਉਹਦੇ ਵਚਨ 'ਤੇ ਚੱਲਣ ਵਾਲੇ ਆ, ਪ੍ਰੇਅਰ 'ਚ ਖੜਨ ਵਾਲੇ ਆ। ਸਮਝ ਰਹੇ ਹਾਂ? ਮੈਂ ਬਾਰ ਬਾਰ ਇਸ ਕਰਕੇ ਫੋਕਸ ਲਿਆ ਰਿਹਾ, ਅਗਰ ਤੁਸੀਂ ਇਹਨਾਂ ਚੀਜ਼ਾਂ 'ਚ ਤੁਹਾਡੀ ਕਮੀ ਹੈ ਨਾ, ਅਟੈਕ ਹੋਣੇ ਫਿਰ ਤੁਹਾਡੇ 'ਤੇ, ਫਿਰ ਗੱਲ ਜਰਨੀ ਹੁੰਦੀ, ਗੱਲ ਗਲਤ, ਫਿਰ ਗੁੱਸਾ ਆਉਂਦਾ। ਸਮਝ ਪਾ ਰਹੇ? ਕਹਿੰਦਾ ਮੈਂ ਉਹਨੂੰ ਹੀ ਕੋੜੇ ਮਾਰਦਾ ਜਿਹਨੂੰ ਮੈਂ ਪਿਆਰ ਕਰਦਾ, ਜਿਹੜੀਆਂ ਟਾਣੀਆਂ ਫਲ ਨਾ ਦੇਂਦੀਆਂ। ਸਮਝ ਰਹੇ? ਜੇ ਫਲ ਨਹੀਂ ਦਊਂਗੇ, ਕੱਟੇ ਜਾਊਂਗੇ। ਕਈ ਵਾਰੀ ਸਾਨੂੰ ਲੱਗਦਾ ਯਾਰ ਮੈਨੂੰ ਚੰਗਾ ਚੰਗਾ ਵਚਨ ਦੇ, ਮੈਨੂੰ ਇੱਦਾਂ ਦਾ ਵਚਨ ਦੇ, ਪ੍ਰਭੂ ਮੈਨੂੰ ਬਹੁਤ ਪਿਆਰ ਕਰਦਾ। ਯੈਸ, ਉਹ ਕਰਦਾ ਪਿਆਰ, ਪਰ ਉਹਨੂੰ ਘੇਣੇ ਆ ਕਈ ਚੀਜ਼ਾਂ ਤੋਂ, ਉਹਨੂੰ ਗੁੱਸਾ ਆਉਂਦਾ। ਵੀ ਬੀਂਗ ਅ ਪੇਰੈਂਟਸ, ਸਾਨੂੰ ਨਿਆਣਿਆਂ ਦਾ ਗੁੱਸਾ ਆਉਂਦਾ, ਉਹਨੂੰ ਵੀ ਆਉਂਦਾ। ਸਮਝ ਪਾ ਰਹੇ? ਹੋਲੀ ਸਪਿਰਿਟ ਦੀ ਪ੍ਰੈਜੈਂਸ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਆਜ਼ਾਦ ਕਰਦੀ ਆ। ਵਚਨ ਦੇ ਵਿੱਚ ਚਲੋ, ਯੂ ਵਿਲ ਬੀ ਫੋਕਸਡ ਔਨ ਗੋਡ। ਪੌਲਸ ਕਹਿੰਦਾ ਤੇਰੀ ਜ਼ੁਬਾਨ 'ਚ ਉਹ ਸ਼ਬਦ ਨਿਕਲਣ ਜਿਹੜੇ ਕਿਸੇ ਦੀ ਗ੍ਰੇਸ ਨੂੰ ਲੈ ਕੇ ਆਉਣ, ਗ੍ਰੇਸ ਨੂੰ ਇੰਪਾਰਟ ਕਰਨ। ਸਮਝ ਰਹੇ ਆ? ਮੈਂ ਫੋਨ ਲਾਇਆ, ਮੈਂ 20 ਮਿੰਟ ਫੋਨ ਤੇ ਗੱਲ ਕਰ ਰਿਹਾ, ਲਾ 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 ਲਾ, ਕੋਈ ਗ੍ਰੇਸ ਨਹੀਂ ਇੰਪਾਰਟ ਹੋਈ, ਕੋਈ ਕੁਛ ਨਹੀਂ ਹੋਇਆ, ਉਹਦਾ ਵੀ ਟਾਈਮ ਵੇਸਟ, ਆਪਣਾ ਵੀ ਟਾਈਮ ਵੇਸਟ, ਖਤਮ। ਤੁਹਾਡਾ ਫਿਊਚਰ ਅੱਜ ਡਿਸਾਈਡ ਕਰਦੇ ਤੁਸੀਂ ਕੀ ਬਣਨਾ ਚਾਹੁੰਦੇ ਆ। ਸਾਡੇ ਬ੍ਰਦਰ ਤੁਸ਼ਾਰ, ਉਹਨਾਂ ਦੀ ਜੋਬ ਵਧੀਆ ਜੋਬ ਹੈ, ਪਰ ਉਹਨਾਂ ਨੂੰ ਪਤਾ ਉਹਨਾਂ ਨੇ ਮਿਹਨਤ ਕੀਤੀ ਪਹਿਲਾਂ ਉੱਥੇ ਪਹੁੰਚਣ ਦੇ ਲਈ, ਆਪਾਂ ਮਿਹਨਤ ਨਹੀਂ ਨਾ ਕਰਨਾ ਚਾਹੁੰਦੇ। ਫੁੱਲ ਨਾਈਟ ਪ੍ਰੇਅਰ ਇੱਕ ਰਾਤ ਕੀਤੀ, ਓ ਮਾਈ ਗੋਡ, ਅਗਲੇ ਸੰਡੇ ਮੁਰਦੇ ਲੈ ਕੇ ਮੁਰਦੇ ਜਵਾਵਾਂਗੇ। ਓਏ ਆਪ ਤੇ ਜੀ ਲੋ, ਆਪਣੀ ਬੱਖੀ ਐ, ਫੁੱਲ ਨਾਈਟ ਪ੍ਰੇਅਰ, ਹਾਲੇਲੂਇਆ, ਦੇਰ ਇਜ਼ ਨੋਬਡੀ ਲਾਈਕ ਯੂ ਜੀਸਸ। ਯੈਸ, ਕੋਈ ਨਹੀਂ ਹੈਗਾ, ਮੈਨੂੰ ਪਤਾ। ਯੂ ਕ੍ਰੀਏਟ ਦਾ ਇੰਪੈਕਟ, ਅਗਰ ਤੁਹਾਡੀ ਲਾਈਫ 'ਚ ਅਸਰ ਹੋਇਆ ਨਾ ਪ੍ਰੇਅਰ ਦਾ, ਫੇਰ ਹੀ ਕਿਸੇ ਦੀ ਲਾਈਫ 'ਚ ਅਸਰ ਹੋਣਾ। ਸਮਝ ਰਹੇ ਆ? ਕਿੰਨਿਆਂ ਨੇ ਸਮਝ ਲਿਆ ਇਹਦਾ ਵਚਨ? ਕੀ ਸਿੱਖ ਰਹੇ ਆ? ਕੀ ਚਾਹੀਦਾ ਸਾਨੂੰ? ਉਹਦੀ ਪ੍ਰੈਜੈਂਸ ਐਂਡ ਵਚਨ ਦੇ ਵਿੱਚ ਜਾਣਾ, ਵਚਨ ਦੀ ਗਹਿਰਾਈ 'ਚ ਜਾਣਾ। ਸਮਝ ਪਾ ਰਿਹਾ? ਥੱਕੇ ਤਾਂ ਨਹੀਂ ਤੁਸੀਂ? ਥੱਕ ਗਏ ਤਾਂ ਇਹ ਕਰੀਏ? ਨਹੀਂ ਨਹੀਂ, ਵੀ ਕੇਅਰ ਅਬਾਊਟ ਯੂ। ਸੋ ਪਰ ਤੁਹਾਡਾ ਕੈਮਰਾ ਟੇਢਾ, ਚੱਲਣ ਦਿਓ, ਕੋਈ ਨਹੀਂ, ਹੁਣ ਕੰਮ ਬਾਅਦ 'ਚ ਕਰਾਂਗੇ ਸੈੱਟ। ਮੈਨੂੰ ਨਾ ਕਹੀਦਾ, ਇੱਕ ਵਾਰੀ ਮੈਸੇਜ ਆਇਆ, ਮੈਂ ਕੋਈ ਪ੍ਰੋਫੈਸੀ ਦੇ ਰਿਹਾ ਸੀ ਫੇਸਬੁੱਕ 'ਤੇ, ਐਂਡ ਉਹ ਬਹੁਤ ਕੋਈ ਭੈਣ ਦੀ ਸੀ, ਉਹ ਕੋਈ ਬਹੁਤ ਪਰਸਨਲ ਸੀਗੀ, ਅਤੇ ਜਦੋਂ ਮੈਂ ਪ੍ਰੋਫੈਸੀ ਕੀਤੀ, ਮੈਂ ਕਿਹਾ ਪਰਮੇਸ਼ਰ ਮੈਨੂੰ ਲੱਗਦਾ ਨਹੀਂ ਇੱਦਾਂ ਦਾ ਕੁਛ ਹੈ, ਅਤੇ ਮੈਂ ਪਰ ਬੋਲਤਾ, ਮੈਂ ਕਿਹਾ ਠੀਕ ਹੈ ਤੂੰ ਮੈਨੂੰ ਕਿਹਾ, ਮੈਂ ਬੋਲਤਾ, ਕਿਉਂਕਿ ਮੈਂ ਲਾਈਫ ਦੇ ਵਿੱਚ ਇੰਡੀਆ ਜਦੋਂ ਮੀਟਿੰਗ ਕਰਦੇ ਹੁੰਦੇ ਸੀਗੇ, ਕਿਸੇ ਬੰਦੇ ਦੀ ਬਾਂਹ ਫ੍ਰੈਕਚਰ ਹੋਈ ਸੀ, ਪਰਮੇਸ਼ਰ ਨੇ ਮੈਨੂੰ ਕਿਹਾ ਕਿ ਇੱਥੇ ਕੋਈ ਪਰਸਨ ਆ, ਉਹਦੀ ਬਾਂਹ ਫ੍ਰੈਕਚਰ ਹੋਈ ਆ, ਤੂੰ ਪ੍ਰੇਅਰ ਕਰ, ਉਹਦੀ ਜਲਦੀ ਰਿਕਵਰੀ ਹੋਊਗੀ। ਪਰ ਮੈਂ ਮਹਾਂਪੁਰਸ਼ ਹੋਣੀ, ਪ੍ਰਭੂ ਜੀ ਮੈਂ ਤਾਂ ਕਿਸੇ ਨੂੰ ਨਹੀਂ ਦੇਖਿਆ, ਕਿਉਂਕਿ ਮੈਂ ਫੇਸਿੰਗ ਕੰਧ ਵੱਲ ਸੀਗਾ, ਪਿੱਛੇ ਸਾਰੇ ਲੋਕ ਬੈਠੇ ਸੀ, ਕਿਉਂਕਿ ਸਾਡੇ ਅੰਕਲ ਅੱਗੇ ਫਰੰਟ ਦੇ ਬੰਦੇ ਉਹਨਾਂ ਨਾਲ ਦੇਖਦੇ ਸੀਗੇ, ਵਰਸ਼ਿਪ ਕਰ ਰਹੇ ਹਨ, ਤੇ ਮੈਂ ਕੁਝ ਨਹੀਂ ਬੋਲਿਆ। ਮੀਟਿੰਗ ਖਤਮ ਹੋਈ, ਤੂੰ ਆਇਆ, ਪਾਸਟਰ ਜੀ ਅੰਕਲ ਜਿਹੜੇ ਆ ਨਾ ਉਹਨਾਂ ਲਈ ਪ੍ਰੇਅਰ ਕਰ ਦੋ। ਜਦੋਂ ਮੈਂ ਦੇਖਿਆ, ਮੈਂ ਕਿਹਾ ਓ ਮਾਈ, ਮੈਨੂੰ ਪਰਮੇਸ਼ਰ ਨੇ ਕੋਈ ਕੰਮ ਕਿਹਾ ਮੈਂ ਕੀਤਾ ਨਹੀਂ, ਮੈਨੂੰ ਪਤਾ ਮੇਰੇ ਅੰਦਰ ਗਿਲਟ ਕਿੱਡੀ ਵੱਡੀ ਸੀ, ਮੈਂ ਬਹੁਤ ਦੁਖੀ ਸੀ, ਮੈਂ ਕਿਹਾ ਯਾਰ ਆਈ ਸ਼ੁਡ ਹੈਵ ਡਨ ਦਿਸ। ਫਿਰ ਜਦੋਂ ਮੈਂ ਲਾਈਵ 'ਚ ਸੀਗਾ, ਮੈਂ ਉਹ ਪ੍ਰੋਫੈਸੀ ਦੇ ਰਿਹਾ, ਮੈਂ ਕਿਹਾ ਯਾਰ ਮੈਨੂੰ ਲੱਗਦਾ ਨਹੀਂ, ਪਰ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਹਿਣਾ। ਬੋਲਿਆ 3 ਮਹੀਨੇ ਬਾਅਦ, 2-3 ਮਹੀਨੇ ਬਾਅਦ ਉਸ ਭੈਣ ਦਾ ਮੈਸੇਜ ਆਇਆ, ਕਿ ਤੂੰ ਇਹ ਗੱਲ ਬੋਲੀ ਉਸ ਮੇਰੇ ਲਈ ਸੀ। ਕਹਿੰਦੇ ਮੈਂ ਆਪਣੇ ਆਪ ਨੂੰ ਚੈੱਕ ਕਰ ਰਹੀ ਕਿ ਮੈਂ ਸੱਚੀ ਫਰਕ ਪਿਆ ਮੈਨੂੰ ਕਿ ਨਹੀਂ, ਮੈਂ ਕਿਹਾ ਪੈ ਗਿਆ? ਕਹਿੰਦੇ ਹਾਂ ਮੈਂ ਠੀਕ ਹੈ। ਮੈਂ ਤੁਹਾਨੂੰ ਦੱਸ ਦਿੰਦਾ ਕਿ ਉਸ ਭੈਣ ਨੂੰ ਬਲੂ ਫਿਲਮ ਦੇਖਣ ਦੀ ਆਦਤ ਸੀਗੀ, ਪੋਰਨ ਦੇਖਣ ਦੀ ਆਦਤ ਸੀ। ਕਿਹੜੇ ਕਹਿੰਦੇ ਨਾ ਮੁੰਡਿਆਂ ਨੂੰ ਆਦਤ ਹੈ, ਕੁੜੀਆਂ ਨੂੰ ਵੀ ਆਦਤ, ਐਵਰੀਬਡੀ ਗੋਸ ਥਰੂ ਦਿਸ। ਜੋ ਤੁਸੀਂ ਯੰਗ ਹੈ ਤੁਹਾਡੀ ਸੀ, ਦੇਖੋ ਕਹਿੰਦੇ ਮੱਖੀ ਸਿਰ ਤੇ ਘੁੰਮ ਰਹੀ ਹੈ, ਤੁਹਾਡੇ ਤੇ ਆ, ਤੁਸੀਂ ਉਹਨੂੰ ਬੈਠਣ ਦੇਣਾ ਕਿ ਤੁਸੀਂ ਉਹਨੂੰ ਉੱਡਣ ਦੇਣਾ? ਸਮਝ ਰਹੇ? ਇੰਜੋਏ ਇੰਜੋਏ ਕਰ ਰਹੇ ਹੋ ਤੁਸੀਂ, ਫਿਰ ਉਹਨੇ ਬਹਿਣਾ ਆਣ ਕੇ। ਪਰ ਮੈਂ ਤੁਹਾਨੂੰ ਗੱਲ ਇਸ ਲਈ ਦੱਸ ਰਿਹਾ, ਪਰਮੇਸ਼ਰ ਨੂੰ ਘੇਣਾ ਹੈ, ਸਮਝ ਰਹੇ? ਗੋਡੇ ਟੇਕਣੇ ਐਂਡ ਕਹਿਣਾ ਪ੍ਰਭੂ ਆਈ ਵਾਂਟ ਟੂ ਬੀ ਫਰੀ ਫਰੋਮ ਦਿਸ। ਇਮੈਜਿਨ ਕਰੋ ਅੱਜ ਖੁਦਾ ਆ ਜਾਏ, ਉੜਕ ਗਏ ਅਸੀਂ, ਗਏ ਫਿਰ ਅਸੀਂ ਰਹਿ ਗਏ ਸਾਰੇ
ਪੰਜ ਸੱਤ ਜਾਣੇ ਇੱਥੋਂ ਚੱਲ ਗਏ, ਗਏ ਵੀ ਆਰ ਸਿਟਿੰਗ ਹੇਅਰ, ਹਾਲੇਲੂਯਾ, ਅੱਖਾਂ ਖੋਲੀਆਂ, ਬੰਦੇ ਹੀ ਨਹੀਂ ਰਹੇ, ਕਿੱਥੇ ਗਏ, ਗੋਨ, ਇਹਦੇ ਧਰਤੀ ਦੇ ਰਿਸ਼ਤੇ ਨਾ ਇੱਥੇ ਰਹਿ ਜਾਣੇ ਆ। ਪਰਮੇਸ਼ੁਰ ਮਸੀਹ ਨੇ ਕਿਹਾ, ਅਗਰ ਤੂੰ ਮੇਰੇ ਪਿੱਛੇ ਆਏ, ਆਪਣੇ ਮਾਂ ਨੂੰ, ਆਪਣੇ ਪਿਓ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਨਫ਼ਰਤ ਨਾ ਕਰੇ, ਤੂੰ ਮੇਰੇ ਚੱਲਣ ਦੇ ਯੋਗ ਨਹੀਂ ਆ। ਨਫ਼ਰਤ ਡਜ਼ਨਟ ਮੀਨ ਕਿ ਹੇਟ ਕਰਨਾ, ਹਾਂ ਵੀ ਗਾਲਾਂ ਕੱਢਣੀਆਂ, ਮੀਨਸ ਕਿ ਅਗਰ ਮੈਂ ਤੇਰੀ ਪ੍ਰਾਇਓਰਟੀ 'ਤੇ ਨਹੀਂ ਹਾਂ, ਲਿਸਨ, ਫਿਰ ਰਿਸ਼ਤੇ ਨਿਭਾਉਂਦਾ ਰਹਿ ਜੂੰਗਾ ਅਤੇ ਮੈਂ ਰਹਿਣਾ ਤਾਂ ਤੇਰਾ ਕੰਮ ਖਤਮ। ਸਮਝ ਰਹੇ ਹਾਂ, ਮੇਰਾ ਕੰਮ ਹੈ ਤੁਹਾਨੂੰ ਸੱਚ ਦੱਸਣਾ, ਉਹ ਤੁਹਾਨੂੰ ਚੰਗਾ ਲੱਗੇ ਚਾਹੇ ਨਾ ਲੱਗੇ, ਆਈ ਡੋਂਟ ਕੇਅਰ। ਵਾਟ ਡੂ ਵੀ ਨੀਡ ਟੂਡੇ? ਦ ਪ੍ਰੈਜੈਂਸ ਆਫ ਹੋਲੀ ਸਪਿਰਿਟ ਐਂਡ ਦ ਵਰਡ ਆਫ ਗਾਡ, ਵਚਨ ਦੇ ਵਿੱਚ ਜਾਣਾ। ਸਮਝ ਰਹੇ ਹਾਂ, ਠੀਕ ਹੈ ਯਾਰ, ਮੇਰੇ ਤੋਂ ਬਾਈਬਲ ਫੋਨ 'ਚ ਭਰੋ, ਭਰੋ ਫੋਨ 'ਚ, ਫੋਨ 'ਚ ਫੇਸਬੁੱਕ ਆ, ਯੂਟਿਊਬ ਆ, ਨੈਟਫਲਿਕਸ ਆ, ਟਿਕਟੋਕ ਆਲ ਲਾਇਆ ਇੱਥੇ ਰਿੰਗ ਲਾਈਟ ਦੇ, ਪਰ ਫੋਨ 'ਚ ਬਾਈਬਲ ਨਹੀਂ ਹੈ। ਤੁਹਾਨੂੰ ਪਤਾ ਅੱਜ ਕੱਲ੍ਹ ਕਿੰਨੇ ਐਪਸ ਆ ਗਏ ਆ, ਤੁਸੀਂ ਉੱਥੇ ਓਪਨ ਕਰੋਗੇ, ਡੇਲੀ ਕੋਈ ਨਾ ਕੋਈ ਨਵੀਂ ਵਰਸ ਹੁੰਦੀ ਆ। ਖੁਦਾ ਤਾਂ ਨਾ ਗੱਲ ਕਰਦਾ, ਭਰੋ, ਟਾਈਮ ਨਹੀਂ ਹੈਗਾ ਜੀ, ਠੀਕ ਹੈ, ਰੋਟੀ ਖਾਣ ਨੂੰ ਟਾਈਮ ਹੈਗਾ, ਸ਼ਿਫਟਾਂ ਲਾਉਣ ਨੂੰ ਟਾਈਮ ਹੈ, ਖੁਦਾ ਲਈ ਟਾਈਮ ਨਹੀਂ ਹੈਗਾ, ਆਪਣੀ ਜ਼ਿੰਦਗੀ ਨਾਲ ਤੁਸੀਂ ਧੋਖਾ ਕਰ ਰਹੇ, ਰਿਮੈਂਬਰ ਦੈਟ, ਰਿਮੈਂਬਰ ਦੈਟ। ਸਮਝ ਰਹੇ ਹਾਂ, ਸਮਝ ਰਹੇ ਹਾਂ, ਕਿਹਦੇ ਕੋਲ ਸੋਲਿਊਸ਼ਨ ਹੈ ਤੁਹਾਡੀ ਪ੍ਰੋਬਲਮ ਦਾ, ਕਿਹਦੇ ਕੋਲ, ਕਿਹਦੇ ਕੋਲ ਹੈ? ਪਰਮੇਸ਼ਰ ਦੇ ਕੋਲ, ਹੋਲੀ ਸਪਿਰਿਟ ਕੋਈ ਆ, ਪਰਮੇਸ਼ਰ ਦੇ ਕੋਲ, ਹੋਲੀ ਸਪਿਰਿਟ। ਇਫ ਯੂ ਆਰ ਲੁਕਿੰਗ ਫਾਰ ਸੋਲਿਊਸ਼ਨ, ਗੋਡੇ ਟੇਕੋ, ਬਹਿ ਜਾਓ, ਫਿਰ ਆਊਗਾ ਸੋਲਿਊਸ਼ਨ ਪੱਕਾ, ਯਿਸੂ ਮਸੀਹ ਦੇ ਨਾਂ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ। ਸਮਝ ਰਹੇ ਹਾਂ, ਬੋਰ ਤਾਂ ਨਹੀਂ ਹੋਇਆ ਕੋਈ? ਜੇ ਬੋਰ ਹੋ ਗਏ ਤਾਂ ਕਹੋ, ਪ੍ਰਭੂ ਮੈਂ ਬੋਰ ਨਾ ਹੋਵਾਂ, ਮੈਨੂੰ ਮਜ਼ਾ ਆਵੇ ਤੇਰੇ ਵਚਨ ਚੋਂ। ਸਮਝ ਰਹੇ ਹਾਂ, ਸਮਝ ਰਹੇ ਹਾਂ, ਪਹਿਲੇ ਦਿਨ, ਦੋ ਦਿਨ, ਪੰਜ ਦਿਨ, ਯੂਨੋ, ਜਦੋਂ ਤੁਸੀਂ ਬੱਚੇ ਨੂੰ ਦੁੱਧ ਛਡਾਉਂਦੀ ਆ, ਇੱਕ ਮਾਂ, ਉਹਨੂੰ ਪਤਾ ਉਹ ਰੋਂਦਾ। ਹੁਣ ਮੇਰੀ ਕੋਈ ਇੱਦਾਂ ਦੀ ਆਦਤ ਆ, ਮੈਂ ਛੱਡਣਾ ਚਾਹੁੰਦਾ ਨਹੀਂ, ਪਰ ਮੈਨੂੰ ਛੱਡਣੀ ਪੈਣੀ ਆ, ਮੈਂ ਪੰਜ ਦੋ ਤਿੰਨ ਦਿਨ ਦਾ ਰੋਣਾ ਹੀ ਆ, ਕੋਈ ਗੱਲ ਨਹੀਂ, ਰੋਲੋ, ਭਲਾ ਆ। ਮਾਂ ਨੂੰ ਪਤਾ, ਇਹਨੂੰ ਸੈਰ ਲੈ ਕੇ ਤੇ ਲਾਉਣਾ, ਇਹਨੂੰ ਬੋਤਲ ਵਾਲੇ ਦੁੱਧ ਤੇ ਲਾਉਣਾ, ਰੋਟੀ ਵੀ ਖਵਾਉਣੀ ਹੌਲੀ ਹੌਲੀ, ਪੀਜ਼ੇ ਨਹੀਂ, ਰੋਟੀ, ਮੈਕਰੋਨੀ, ਮੈਕ ਐਂਡ ਚੀਜ਼, ਢਿੱਡ 'ਚ ਚੀਜ਼ ਬੈਠੀ ਵੀ ਬੱਚੇ ਦੇ, ਠੀਕ ਆ, ਕੁਛ ਹੱਦ ਤੱਕ ਕਈ ਚੀਜ਼ਾਂ ਸਹੀ। ਸਮਝ ਰਹੇ, ਬੱਚਾ ਪਹਿਲਾਂ ਥੋੜ੍ਹੀ ਥੋੜ੍ਹੀ ਜਿੱਦ ਕਰਦਾ, ਆਲਵੇਜ਼ ਰਿਮੈਂਬਰ, ਜਦੋਂ ਕਈ ਚੀਜ਼ ਛੱਡਣਾ ਪੈਣਾ ਨਾ, ਥੋੜ੍ਹਾ ਦੁੱਖ ਲੱਗਣਾ, ਕੋਈ ਗੱਲ ਨਹੀਂ।